ਰਵਿੰਦਰ ਅੱਗੇ ਆ ਜਾਓ, ਅੱਗੇ ਅੱਗੇ ਆਓ। ਢੋਲਾ ਲਿਆ ਕਰੋ ਇੱਥੇ, ਜਿਉਂਦੇ ਰਹੋ। ਬੜੀ ਦਇਆ ਹੋਈ, ਮੂੰਹ ਚੋਂ ਵਾਹਿਗੁਰੂ ਨਿਕਲਿਆ। Thank you.
아난다가 ਥਾਟ ਬੰਦ ਕਰਿਓ, ਵਿਚਾਰ ਬੰਦ ਕਰੋ, ਫਿਰ ਜਪੋ। ਹੁਣੇ ਹੀ ਆਨੰਦ ਅਨਕਬਾਰ। ਹੱਥ ਜੋੜੋ, ਚੁੱਕੋ ਖਾਂ ਨੇਤਰ, ਗੁਰੂ ਸਾਹਿਬ ਦੇ ਦੀਦਾਰ ਕਰੋ। ਨੇਤਰ ਪਨੀਤ ਪੈ ਦਰਸ ਦੇਖੇ, ਇਹਨਾਂ ਦੇ ਹੀ ਕਰਨੇ, ਹੋਰ ਕਿਹਦੇ ਅਸੀਂ ਦਰਸ਼ਨ ਕਰਨੇ? ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੇ ਦਰਸ਼ਨ ਹੋਰ ਕਿਸੇ ਦੇ ਕਰਨੇ ਨਹੀਂ ਆਪਾਂ। ਨੇਤਰ ਚੁੱਕ ਕੇ ਵੇਖੋ ਇੱਕ ਵਾਰ, ਤੇ ਹੱਥ ਜੋੜ ਕੇ ਕਹੋ, ਡੰਡੋਤ ਬੰਧਨ ਅਨਕਵਾਰ, ਸਰਬ ਕਲਾ ਡੋਲਣ ਤੇ ਨਾਨਕ ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੈ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਗਮ ਅਗੋਚਰ ਸੱਚ, ਸਾਹਿਬ ਮੇਰਾ ਸੱਚ, ਸਾਹਿਬ ਮੇਰਾ ਨਾਨਕ ਬੋਲੇ, ਬੁਲਾਇਆ ਤੇਰਾ ਨਾਨਕ ਬੋਲੇ, ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ। ਆਪਾਂ ਇੱਕ ਬੋਲ ਬੋਲਿਆ ਸੀ, ਦਇਆ ਕਰੋ ਤੇਰਾ ਨਾਮ ਵਿਖਾਣਾ ਨਹੀਂ ਪਤਾ ਲੱਗਾ, ਦਇਆ ਕਰੋ ਤੇਰਾ ਵਿਖਾਣਾ, ਵਿਖਿਆਣ ਕਰਾਂ, ਮਗਰ ਉਹ ਤੇਰੀ ਦਇਆ ਤੋਂ ਬਿਨਾਂ ਨਹੀਂ ਹੋ ਸਕਦਾ। ਜਿਸ ਨੂੰ ਸਲਾਹੇ ਸੋਏ ਦੁੱਧ, ਪਤਾ ਲੱਗ ਗਿਆ ਤੇਰੀ ਸਿਫਤ ਵੀ ਜਿੱਤੇ ਤੇਰੀ। ਐਵੇਂ ਥੋੜਾ ਗੁਰਦੁਆਰੇ ਆ ਗਿਆ, ਇਸ ਵਸ ਦੇ ਸ਼ਰੀਰ ਸਰੀ ਸ਼ਹਿਰ ਦੇ ਵਿੱਚੋਂ ਇੱਕ ਥਾਂ ਤੇ ਲਿਖਿਆ, ਬਾਂਹ ਪਕੜ ਜਿਸ ਮਾਰਗ ਪਾਵੋ। ਪਕੜ ਚ ਨਹੀਂ ਆਇਆ ਜੀ, ਘਰੋਂ ਕਿਸੇ ਨੇ ਤੁਹਾਡੀ ਉੱਚੀ ਬੋਲੋ, ਤੁਸੀਂ ਬੋਲੋ, ਬਾਂਹ ਫੜਿਆ ਤੇ ਰਾਹ ਪਾਤਾ, ਗੁਰਦੁਆਰੇ ਚੱਲ ਚੱਲ ਪੁੱਤ। ਤੇ ਕੁਐਸਚਨ ਕਰਨ ਵਾਲੇ ਨੇ ਕਿਹਾ,
ਗੁਰਦੁਆਰੇ ਕੀ ਹੁੰਦਾ ਹੈ? ਉਹਨਾਂ ਨੇ ਕਿਹਾ ਗੁਰਦੁਆਰੇ ਜਾ ਕੇ ਸੋਝੀ ਮਿਲਦੀ, ਗੁਰਦੁਆਰੇ ਜਾ ਕੇ ਜੀਵਨ ਦੀ ਸੋਝੀ ਮਿਲਦੀ। ਫਿਰ ਹੋਰ ਸਰਕਾਰ ਨੇ ਲਿਖਿਆ ਹੈ, ਜਿਸਨੂੰ ਤੇਰੀ ਮਿਹਰ, ਇਹ ਜਿੱਥੇ ਚਾਰ ਛਿੱਲਣਾ ਜਿਹਦੇ ਕੋਲ ਆ ਜਾਣਾ, ਦੋ ਚਾਰ ਘਰ ਇੱਥੇ ਖਰੀਦ ਲਵੇ, ਅਤੇ ਤੁਸੀਂ ਤੇ ਮੈਂ ਭਾਸ਼ਾ ਬੋਲਦੇ ਹਾਂ, ਇਸ ਬੰਦੇ 'ਤੇ ਬੜੀ ਅੱਜ ਕੱਲ੍ਹ ਗੁਰੂ ਦੀ ਕਿਰਪਾ, ਮਿਹਰ ਆ, ਮਿਹਰ ਨਾ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਇਹ ਉਹਦੀ ਨਿਸ਼ਾਨੀ। ਜੇ ਤੇ ਮਿਹਰ ਹੋ ਜਾਏ ਉਹ ਮਾਰ ਲੈਂਦਾ ਚੌਂਕੜੇ, ਫਿਰ ਤੋੜ ਲੈਂਦਾ ਸੰਸਾਰ ਨਾਲੋਂ ਆਪਣੀਆਂ ਸਾਰੀ ਸੁਰਤੀ ਬਿਰਤੀ ਦੀਆਂ ਗੰਢਾਂ, ਲੱਗ ਜਾਂਦਾ ਇੱਕੇ ਪਾਸੇ, ਵਾਹਿਗੁਰੂ 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 ਵਿਚਾਰ ਬੰਦ ਕਰਕੇ, ਵਿਚਾਰ ਬੰਦ ਕਰਕੇ, ਮੂੰਹ ਤੋਂ ਕਹਿ ਕੇ ਕੰਨਾਂ ਤੋਂ ਸੁਣਨਾ ਹੈ, ਨਾਲੋ ਨਾਲ ਲੱਗ ਜਾਓ ਦੋ ਕੁ ਮਿੰਟ, ਭਲਾ ਹੋ ਜਾਓ, ਭਲਾ ਹੋ ਜਾਓ, ਰੱਬ ਕਾ ਸਿਮਰਨ ਹੋਏ ਸੋ ਭਲਾ। ਮੇਰ ਸਾਧ ਸੰਗਤ ਭੱਜ ਕੇਵਲ ਨਾਮ, ਹੁਣ ਹੋਰ ਨਾ ਕੋਈ ਚੁੱਕੀ ਫਿਰੇ ਸੁਰਤ, ਕੇਵਲ ਨਾਮ ਤੁਸੀਂ ਖੁਦ ਮਹਿਸੂਸ ਕਰੋਗੇ ਹੌਲੇ ਹੋ ਗਏ। ਵਾਹਿਗੁਰੂ 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 ਵਾਹਿਗੁਰੂ।
ਰੱਜੋ ਰੱਜੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਹੜਾ ਭੋਜਨ ਆ ਜਿਹੜਾ ਗੁਰੂ ਕਹਿੰਦਾ ਰੱਜ ਰੱਜ ਕੇ ਖਾਓ? ਇਸ ਭੋਜਨ ਦੀ ਤਾਂ ਗੱਲ ਕਰਦਿਆਂ ਸਾਹਿਬ ਕਹਿੰਦੇ ਹੁਣ ਤਿਸ ਕੋਲ ਕਮਾਇਆ ਥੋੜਾ ਸਮੇਂ, ਇਸ ਭੋਜਨ ਲਈ ਤੇ ਮੇਰਾ ਸਾਹਿਬ ਕਹਿੰਦਾ ਥੋੜਾ ਪ੍ਰਸ਼ਾਦਾ ਛੱਡ, ਅਲਪ ਆਹਾਰ ਸੁਲਭ ਸੀ ਨਿੰਦਰਾ, ਥੋੜੀ ਨਿੰਦਰ ਤੇ ਥੋੜਾ ਭੋਜਨ ਕਹਿੰਦੇ ਮੇਰੇ ਸਾਹਿਬ। ਇਹ ਦਸਮ ਪਿਤਾ ਜੀ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਹੁਣ ਤਿਸ ਕੋਲ ਕਮਾਇਆ। ਪਤਾ ਲੱਗ ਰਿਹਾ ਜੀ ਅਮਰਜੀਤ ਕੌਰ, ਮੈਂ ਉਹਦੇ ਬਾਰੇ ਜਾਣਾ ਜਿਹੜਾ ਥੋੜਾ ਸਮੇਂ ਤੇ ਥੋੜਾ ਹੀ ਖਾਵੇ। ਹਾਂ ਤਿਸ ਕੋਲ ਕਮਾਇਆ, ਸੁਣੋ ਗੁਰੂ ਸਿੱਖੋ ਤੁਹਾਨੂੰ ਤੇ ਮੈਨੂੰ ਕਿਹਾ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਇਹ ਤੁਹਾਨੂੰ ਸੁਣਾਉਣ ਨੂੰ ਸ੍ਰਿਸ਼ਟੀ ਤੇ ਆਈ ਹੈ, ਇਹ ਮਨੁੱਖਤਾ ਦਾ ਭਲਾ ਕਰਨ ਸ੍ਰਿਸ਼ਟੀ ਤੇ ਆਈ ਹੈ ਬਾਣੀ, ਤੁਰ ਕੀ ਆਈ ਜਿਹਨੇ ਜਿਹਨੇ ਸੁਣੀ ਤਿੰਨ ਸਗਲੀ ਸਭ ਚਿੰਤਾ ਮਿਟ ਗਈਆਂ। ਸੁਣੋ ਤੇ ਸਹੀ, ਹਾਂ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਪਤਾ ਲੱਗ ਰਿਹਾ ਜੀ, ਵਕੀਲ ਸਾਹਿਬ ਭੱਜੇ ਫਿਰਦੇ ਹੋ, ਦੇਖ ਜੋ ਹਾਂ ਤਿਸ ਕੋਲ ਕਮਾਇਆ ਥੋੜਾ ਸਮੇਂ। ਅੱਗੇ ਬੜੀਆਂ ਪਿਆਰੀਆਂ ਦੋ ਚਾਰ ਲਾਈਨਾਂ ਹੋਰ ਲਿਖੀਆਂ, ਹਾਂ ਤਿਸ ਕੋਲ ਕਮਾਇਆ। ਵੇਖੋ ਗੁਰੂ ਕਹਿੰਦੇ ਤੋਂ ਬਲਹਾਰ ਜਾਂਦਾ, ਕਹਿੰਦਾ ਪਰ ਦਰਬੇ ਨੂੰ ਹੱਥ ਨਾ ਲਾਵੇ, ਆਪਣੇ ਅੰਦਰ ਝਾਤੀ ਮਾਰੋ, ਭਰਾ ਮਿਲ ਜੇ ਉਹਨੂੰ ਰਗੜ ਦਿੰਦੇ ਨੇ, ਮਿੱਤਰ ਮਿਲ ਜੇ ਬੋਲੋ ਉਹਨੂੰ ਰਗੜ ਦਿੰਦੇ ਨੇ, ਗੁਰੂ ਘਰ ਮਿਲ ਜੇ ਉੱਥੋਂ ਵੀ ਖਾ ਜਾਂਦੇ ਆ। ਗੁਰੂ ਤੇ ਕਹਿੰਦਾ ਸੀ ਕਿਸੇ ਦਾ ਵੀ ਪੈਸਾ ਨਹੀਂ ਖਾਣਾ, ਆਪਾਂ ਤੇ ਇੱਥੋਂ ਤੱਕ ਆਪਣੀ ਸੁਰਤ ਨੂੰ ਹੜਕਾ ਲਿਆ, ਆਪਾਂ ਗੁਰੂ ਦਾ ਵੀ ਖਾ ਜਾਂਦੇ ਹਾਂ। ਆਖੋ ਵਾਹਿਗੁਰੂ। ਵੈਸੇ ਮੈਂ ਪੜ੍ਹਿਆ ਵੀ ਜਿਹੜੀ ਮੇਰੀ ਸ਼੍ਰੇਣੀ ਹੈ ਨਾ, ਮੇਰੀ ਸ਼੍ਰੇਣੀ, ਇਹਨਾਂ ਨੂੰ ਵੀ ਕੁਝ ਗੁਰੂ ਨੇ ਕਿਹਾ ਹੈ ਇਸ ਪੈਸੇ ਲਈ, ਜੇ ਕੋ ਸਿੱਖ ਪੁਜਾਰੀ ਅਹੇ, ਨਹੀਂ ਪਤਾ ਲੱਗਾ ਸਲਖਣ ਦੇ ਪੁਜਾਰੀ ਮੀਨਜ ਕਥਾ ਵਾਚਕ ਹੋਵੇ, ਕੀਰਤਨੀਆਂ ਹੋਵੇ, ਇਹ ਪੁਜਾਰੀ ਦੀ ਇੱਕ ਕੈਟਾਗਰੀ ਆ। ਉਦੋਂ ਪੰਡਤਾਂ ਦੀ ਗੱਲ ਸੀ, ਉਹਨਾਂ ਦਾ ਨਾਂ ਉੱਥੇ ਮੰਦਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਕੀ ਕਹਿੰਦੇ ਸੀ, ਇਹ ਸ਼ਬਦ ਸਾਡੇ ਤੇ ਵੀ ਟਿਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਨਾਲ ਲਿਖਿਆ ਹੋਇਆ ਬੋਲ ਆਏ, ਪੁੱਤ ਫੜ ਲਾ ਇਤਨਾ ਡਿਸਟਰਬ ਨਾ ਕਰੋ। ਜੇ ਕੋ ਸਿੱਖ ਪੁਜਾਰੀ ਹੈ, ਪਤਾ ਲੱਗ ਗਿਆ ਜੀ, ਬੋਲੋ ਭਲਾ ਫੇਰ ਇੱਕ ਵਾਰ ਬੋਲੋ, ਪਤਾ ਲੱਗ ਜੇ। ਜੇ ਕੋਈ ਸਿੱਖ ਇਹ ਵੀ ਕੰਮ ਕਰੇ, ਕਥਾ ਕਰੇ, ਕੀਰਤਨ ਕਰੇ, ਕੀ ਉਹਨੂੰ ਛੁੱਟੀ? ਸੋਪ ਹੀ ਬਹੁਤਾ ਧਾਨ ਨੰਗ ਹੈ, ਸੋਪ ਹੀ ਬਹੁਤਾ ਧਾਨ ਬਣੇ ਪੈਸਾ, ਗਹਿ ਮਣੇ ਗ੍ਰਹਿਣ ਕਰੇ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਆਖਿਆ ਕਿੰਨਾ ਕੁ ਲਵੇ, ਸੁਣਿਓ ਗੁਰੂ ਕੇ ਸਿੱਖ, ਸੁਣ ਰਿਹਾ ਪੁੱਤ ਮੇਰਾ, ਕਿੰਨਾ ਕੁ ਲਵੇ? ਕਹਿੰਦੇ ਤਨ ਨਿਰਵਾਹ ਕਰੇ ਸੋ ਲੇਵੇ। ਨਹੀਂ ਪਤਾ ਲੱਗਾ, ਕਿਸੇ ਨੂੰ ਨਹੀਂ ਲੱਗਾ ਤੇ ਹੱਥ ਖੜਾ ਕਰ ਲਓ, ਮੈਂ ਫਿਰ ਦੱਸੋ। ਹਾਂਜੀ, ਪਰਿਵਾਰ ਦੇ ਗੁਜ਼ਾਰੇ ਜਿੰਨਾ ਲਵੇ,
ਇਹ ਕੀ ਹੋਇਆ ਪਾਗਲਪਨ ਹੀ ਅੰਬਾਨੀ ਨੂੰ ਕੁੱਦਿਆ, ਉਹ ਹੀ ਰਾਗੀਆਂ ਨੂੰ ਤੇ ਮੈਨੂੰ ਵੀ ਕਥਾ ਵਾਚਕਾਂ ਨੂੰ ਕੁੱਦਿਆ। ਉਹ ਵੀ ਕਹਿੰਦਾ ਪੈਸਾ ਇਕੱਠਾ ਕਰਨਾ ਹੈ, ਅਸੀਂ ਵੀ ਕਿੰਨੇ ਬੋਲੋ ਗੁਰੂ ਕੇ ਸਾਹਿਬ। ਸੋ ਵੀ ਬਹੁਤਾ ਧਾਨ ਨਾ ਗਹੇ, ਤਨ ਨਿਰਵਾਹ ਕਰੇ ਸੋ ਲੇਵੇ, ਜਿੰਨਾ ਕੁ ਸਰੀਰ ਦਾ ਪਰਿਵਾਰ ਦਾ ਨਿਰਵਾਹ ਚੱਲੇ ਉਹਨਾਂ ਲਵੇ। ਆਖੇ ਜੇ ਬਹੁਤਾ ਹੋ ਜੇ ਤੇ ਆਖੋ ਵਾਹਿਗੁਰੂ ਕੀ ਕਰੇ, ਜੇ ਬਹੁਤਾ ਹੋ ਜੇ, ਬਹੁਤਾ ਹੋਏ ਤੇ ਜੈ ਕਹਿ ਦਵੇ, ਆਪਣੀ ਜੇਬ ਖੋਲੇ, ਇਸ ਧਰਮ ਦੇ ਪੈਸੇ ਚੋਂ ਕਿਸੇ ਦਾ ਘਰ ਬਣਾ ਦੇ, ਇਸ ਪੈਸੇ ਚੋਂ ਕਿਸੇ ਦੇ ਬੱਚੇ ਪੜ੍ਹਾ ਦੇ। ਸੰਗਤ ਨੇ ਪਿਆਰ ਨਾਲ ਦਿੱਤਾ, ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਪਰਾਏ ਪੈਸੇ ਨੂੰ ਕਿਤੇ ਬੰਨ ਲਓ ਹਾਂ ਗੰਢ, ਗੁਰੂ ਦੀ ਗੱਲ ਗੰਢ ਬੰਨ ਲਓ ਹਾਂ ਪੱਲੇ। ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜਾਊਗੀ ਜੇ ਕੋਈ ਫੁੱਲਾਂ ਦੀ ਹੁੰਦੀ, ਫੁੱਲਾਂ ਦੇ ਵਿੱਚੋਂ ਕੀ ਆਉਂਦੀ, ਸਾਡੇ ਅੰਦਰੋਂ ਮੁੱਖ ਆਵਤ ਤਾ ਕੇ ਦੁਰਗੰਧ, ਸਾਡੀਆਂ ਗੱਲਾਂ ਚੋਂ ਦੁਰਗੰਧ, ਸਾਡੀਆਂ ਅੱਖਾਂ ਚੋਂ ਦੁਰਗੰਧ, ਸਾਡੇ ਕੰਨਾਂ ਚੋਂ ਦੁਰਗੰਧ, ਸਾਡੇ ਕਿਰਦਾਰ ਚੋਂ ਦੁਰਗੰਧ। ਇਹ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਜਾਗਦੇ। ਆਖੋ ਵਾਹਿਗੁਰੂ। ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ, ਅੱਗੇ ਹੋਰ ਲਿਖਿਆ ਸੁਚੇਤ ਹੋ ਜੀ, ਹਾਂ ਤਿਸ ਕੋਲ ਕਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ ਸਿੱਖਾ ਤੇਰਾ ਕਿਰਦਾਰ ਘੜਨ ਨੂੰ। ਕਿਹੜੇ ਕਿਹੜੇ ਉੱਚੇ ਤੇ ਸੁੱਚੇ ਸ਼ਬਦ ਵਰਤੇ ਨੇ ਗਰੀਬ ਨਵਾਜ ਨੇ, ਕਰ ਹਾਂ ਕਿਤੇ ਇਸ ਤਰ੍ਹਾਂ ਦਾ ਬਣਾ ਹਾਂ ਜੀਵਨ, ਰੱਬ ਲੱਭਣਾ ਨੀ ਪੈਣਾ ਰੱਬ ਬਣ ਜਾਏਗਾ। ਰੱਬ ਲੱਭਣ ਦੀ ਕਹਾਣੀ ਨਹੀਂ, ਆਹ ਸਾਰੀਆਂ ਖਨਾਮਤਾਂ ਜਿਸ ਬੰਦੇ ਦੇ ਵਿੱਚੋਂ ਨਿਕਲ ਗਈਆਂ ਰੱਬ ਹੀ ਤੇ ਹੈ। ਹਾਂ ਤਿਸ ਕੋਲ ਕਮਾਇਆ ਪਰ ਨਾਰੀ ਕੇ, ਹਾਂ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ, ਕਿਸੇ ਦੀ ਨਿੰਦਾ ਹੋਣ ਦੀ ਹੋਵੇ ਤੇ ਆਪ ਹਟਾਵੇ, ਆਪਣੇ ਆਪ ਨੂੰ ਪਰੇ ਕਰ ਲੈ ਕੀ ਹੋ ਰਹੀ ਹੋ ਇਹਦੇ। ਹਾਂ ਜਿੱਥੇ ਕਿਤੇ ਜਪਦੇ ਹੋਣ ਵਾਹਿਗੁਰੂ ਇਸ ਕੋਠੇ ਚ ਹੀ ਰੱਖਿਓ ਆਪਣੇ ਆਪ ਨੂੰ, ਆ ਸਰੀਰ ਰੂਪੀ ਕੋਠੇ ਦੇ ਵਿੱਚ ਹੀ ਰੱਖਿਓ। ਨੀਚ ਜਾ ਕੇ ਗੁਰੂ, ਹਾਂ ਤੂੰ ਨੀਚ ਵਾ।
ਸਤਨਾਮ ਸ੍ਰੀ ਵਾਹਿਗੁਰੂ। ਇਹ ਕਿਹਾ ਸੀ ਦਾਸ ਨੇ ਵੀ ਉਹ ਕਿਹੜਾ ਭੋਜਨ ਆ ਜਿਹਨੂੰ ਗੁਰੂ ਨੇ ਕਿਹਾ ਰੱਜ ਰੱਜ ਭੋਜਨ ਖਾਓ ਮੇਰੇ ਭਾਈ। ਇੱਕ ਥਾਣੇਦਾਰ ਸੀ ਜੀ ਤੁਹਾਡੇ ਥਾਣੇ ਦਾ ਅਜਨਾਲੇ ਦਾ, ਮੈਨੂੰ ਕਹਿੰਦਾ ਪਰਮਜੀਤ ਸਿੰਘ ਤੇਰੇ ਕੋਲ ਇੱਕ ਤੁਕ ਦੇ ਅਰਥ ਪੁੱਛਣੇ। ਆਖੋ ਵਾਹਿਗੁਰੂ ਰੱਜ ਕੇ ਬੋਲੋ ਨਾ। ਮੈਂ ਕਿਹਾ ਦੱਸੋ ਜੀ ਜੇ ਮੈਨੂੰ ਪਤਾ ਗੁਰੂ ਨੇ ਸੋਝੀ ਬਖਸ਼ੀ ਹੋਈ ਤੇ ਮੈਂ ਦੱਸੂ ਆਪ ਜੀ ਨੂੰ। ਕਹਿੰਦਾ ਆਨੰਦ ਕਰੋ ਮਿਲ ਸੁੰਦਰ ਨਾਰੀ, ਹੁਣ ਵੇਖਣ ਨੂੰ ਤੇ ਅਰਥ ਦੁਨਿਆਵੀ ਤੌਰ ਤੇ ਕਰੀਏ ਤੇ ਅਰਥ ਦੇ ਹੋਰ ਹੀ ਅਰਥ ਹੁੰਦੇ। ਆਨੰਦ ਕਰੋ, ਬੋਲੋ ਬੋਲੋ ਬੋਲੋ, ਡਰੋ ਨਾ, ਆਨੰਦ ਕਰੋ ਮਿਲ ਸੁੰਦਰ ਨਾਰੀ। ਵੇਖਣ ਨੂੰ ਤੇ ਇਹ ਅਰਥ ਲੱਗਦੇ ਵੀ ਸੁੰਦਰ ਔਰਤ ਨੂੰ ਮਿਲੋ ਤੇ ਆਨੰਦ ਮਾਣੋ। ਨੋ, ਜਦੋਂ ਮੈਂ ਅਰਥ ਕੀਤੇ ਮੈਨੂੰ ਕਹਿੰਦਾ ਮੈਨੂੰ ਤੇ ਹੋਰ ਹੀ ਲੋਕਾਂ ਨੇ ਦੱਸੇ ਸੀ। ਮੈਂ ਕਿਹਾ ਲੋਕਾਂ ਦੱਸੇ ਹੋਣਗੇ, ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਸੁੰਦਰ ਨਾਰੀ ਹੈ ਨਾ ਕਰਾਇਆ ਤੇਰੀ ਦੇ ਜਿਹੜੀ ਰੱਬ ਨੇ ਤੈਨੂੰ ਬਖਸ਼ੀ, ਇਹਦੇ ਚ ਆਨੰਦ ਕਰ, ਨਾਮ ਜਪ, ਆਨੰਦ ਕਰੋ ਮਿਲ ਸੁੰਦਰ ਨਾਰੀ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਇੱਜ਼ਤ ਰੱਖੂਗਾ ਜੇ ਇਸ ਨਾਰੀ ਨਾਲ ਮਿਲ ਕੇ, ਸਰੀਰ ਰੂਪੀ ਦੇਹ ਨਾਰੀ ਨਾਲ ਮਿਲ ਕੇ ਕੀ ਕਰੋਗੇ। ਵਾਹਿਗੁਰੂ ਵਾਹਿਗੁਰੂ ਮੈਨੂੰ ਦੱਸੋਗੇ ਨਾਰੀ ਕਿਹਨੂੰ ਆਖਿਆ, ਸਾਰੇ ਦੱਸੋ। ਹੰਸ ਗਿਆ ਤੂੰ ਪਿੱਛੇ ਰਹੀ ਹੈ, ਜਦੋਂ ਵਿੱਚੋਂ ਉੱਡ ਗਿਆ ਤੂੰ ਤੇ ਇਸ ਤਰ੍ਹਾਂ ਲਿਖਿਆ ਜੀ ਛੁੱਟੜ ਹੋਈ ਹੈ ਨਾਰੀ ਜਿਹਨੂੰ ਪਤੀ ਛੱਡ ਗਿਆ ਤੇ ਤੂੰ ਛੁੱਟੜ ਹੋਈ ਇੱਥੇ ਪਈ ਰਹੀ ਹੋ। ਇੱਥੋਂ ਪਤਾ ਲੱਗਿਆ ਵੀ ਨਾਰੀ ਦੇਹ ਨੂੰ ਗਿਆ, ਦੇਹ ਨੂੰ। ਗਰੀਬ ਨਿਵਾਜ ਨੇ ਆਪਾਂ ਨੂੰ ਅੱਜ ਕਿਹਾ ਵੀ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਰੱਜ ਰੱਜ ਕੇ ਭੋਜਨ ਥਾਲ ਵਿੱਚ ਤਿੰਨ, ਇਹ ਥਾਲ ਪਰੋਸਿਆ, ਇਹਦੇ ਵਿੱਚ ਸੱਤ ਸੰਤੋਖ ਵਿਚਾਰ ਵਸਤੂ ਪਾਈਆਂ ਨੇ। ਭੈਣੋ ਨੋਟ ਕਰੋ, ਇੱਕ ਗੱਲ ਪੁੱਛ ਕੇ ਅੱਗੇ ਤੁਰਨਾ, ਥਾਲ ਦਾ ਅਰਥ ਕੀ ਹੈ,
ਨਹੀਂ ਸਾਰੇ ਬੋਲੋ ਗੁਰੂ ਗ੍ਰੰਥ ਸਾਹਿਬ ਜੀ। ਇਹ ਪਰੋਸੇ ਹੋਏ ਥਾਲ ਨੇ, ਇਹਦੇ ਵਿੱਚ ਤਿੰਨ ਤਰ੍ਹਾਂ ਦਾ ਭੋਜਨ ਆ। ਪਤਾ ਲੱਗ ਰਿਹਾ ਬੇਟਾ ਕਿਤਨਾ ਦਾ, ਕਿੰਨੇ ਤਰ੍ਹਾਂ ਦਾ? ਸੱਤ, ਸੰਤੋਖ ਤੇ ਵਿਚਾਰ, ਇਹ ਭੋਜਨ ਆ, ਇਹਨੂੰ ਆਪਾਂ ਖਾਣਾ ਹੈ। ਇਹਦੇ ਵਿੱਚ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਜਿਹਦਾ ਸਾਰੀ ਕਾਇਨਾਤ ਨੂੰ ਆਸਰਾ ਹੈ ਉਹ ਇਹਦੇ ਵਿੱਚ ਨਾਮ ਹੈ। ਤਿੰਨ ਤਰ੍ਹਾਂ ਦੇ ਭੋਜਨ ਵਿੱਚ ਉਹ ਅੰਮ੍ਰਿਤ ਨਾਮ ਆ ਜਿਹਦੇ ਵਿੱਚ ਸਾਰੇ ਸੰਸਾਰ ਦੇ ਆਸਾਚ ਨਾਮ ਆਧਾਰ ਮੇਰਾ। ਥੋੜਾ ਜਿਹਾ ਐਨਰਜੀ ਇਸ ਪਾਸੇ ਲਾਓ, ਨਿੰਦਾ ਚੁਗਲੀ ਦੂਈ ਦਵੈਤ ਵਿੱਚ ਖਰਾਬ ਕਰਨ ਵਾਲਿਓ, ਆਪਣੀ ਸੁਰਤੀ ਦੀ ਐਨਰਜੀ ਰੱਬ ਦੀ ਬਾਣੀ ਵੱਲ ਲਾਓ, ਕਿਉਂਕਿ ਤੁਹਾਨੂੰ ਰਾਹ ਮਿਲੇ। ਹਾਂ ਭਾਲਵ ਕੁੰਨੀ ਹੋਈ ਨਹੀਂ, ਹਾਂ ਭਾਲਵ ਕੁੰਨੀ ਹੋਈ, ਲੱਭਦੀ ਲੱਭਦੀ ਅੱਕ ਗਈਆਂ, ਅੰਧੇਰੇ ਰਾਹ ਨਾ ਕੋਈ, ਤੇ ਲੱਭਣਾ ਵੀ ਨਹੀਂ ਜੇ। ਗੁਰਬਾਣੀ ਇਸ ਜੱਗ ਮੈਂ ਚਾਨਣ, ਇੱਕੋ ਹੀ ਦੀਵਾ ਤੁਹਾਡੇ ਕੋਲੋਂ, ਕੀ? ਗੁਰਬਾਣੀ ਬੋਲੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਰਸ। ਹੁਣ ਤੁਸੀਂ ਪਤਾ ਨਹੀਂ ਕੁਝ ਗੱਲਾਂ ਨੇ ਜਿਹੜੀਆਂ ਬੋਲਣ ਲੱਗਿਆ ਮੂੰਹ ਤੇ ਬ੍ਰੇਕ ਲੱਗਦੀ ਲਾਉਣੀ ਪੈਂਦੀ ਆ, ਕਿਉਂਕਿ ਤੁਸੀਂ ਸੱਚ ਸੁਣ ਕੇ ਰਾਜੀ ਨਹੀਂ। ਸੱਚ ਲੜਦਾ ਹੈ, ਆਖੋ ਵਾਹਿਗੁਰੂ। ਹੁਣ ਅਸੀਂ ਮੱਥਾ ਟੇਕ ਕੇ ਕੇਵਲ ਚਲੇ ਗਏ, ਥਾਲ ਨੂੰ ਕੋ ਮੱਥਾ ਟੇਕੇ, ਅਸੀਂ ਮੰਨ ਲਿਆ ਵੀ ਥਾਲ ਕੀ ਹੈ। ਹੁਣ ਆਣ ਕੇ ਮੱਥਾ ਟੇਕਦੇ, ਨੱਕ ਰਗੜਦੇ ਥਾਲ ਦੇ ਅੱਗੇ, ਉਹਦੇ ਵਿੱਚੋਂ ਕੁਝ ਖਾਵੇ ਨਾ, ਭੁੱਖ ਮਿਟ ਜੂ। ਸਰਕਾਰ ਨੇ ਵੀ ਲਿਖਿਆ ਜੇ ਕੋ ਖਾਵੇ ਪੰਚਮੀ ਜੀ ਚਿੱਥੇ। ਖਾਣ ਤੋਂ ਦੂਸਰੀ ਕਿਰਿਆ ਕੀ ਹੈ? ਪਹਿਲਾਂ ਮੁਲਕੀ ਮੂੰਹ ਚ ਪਾਈ, ਫਿਰ ਦੂਸਰੀ ਗੱਲ ਆ, ਇਹਨੂੰ ਸਿੱਧਾ ਕਰ ਜਗਜੀਤ, ਇਹਨੂੰ ਆਖੋ ਵਾਹਿਗੁਰੂ। ਜੇ ਕੋ ਖਾਵੇ ਤੇ ਜੇ ਕੋ ਪੁੰਚੇ, ਤੁਹਾਨੂੰ ਪਤਾ ਲੱਗ ਗਿਆ ਹੁਣ ਪੁੰਚੇ ਦਾ ਅਰਥ? ਚਿੱਥਣਾ, ਚਿੱਥਣਾ ਚਬਾ ਕੇ ਰੋਟੀ ਖਾਓਗੇ ਅੰਮ੍ਰਿਤ ਬਣ ਜੂਗੀ, ਸਿੱਧੀਆਂ ਬੁਰਕੀਆਂ ਸੁੱਟੋਗੇ ਅੰਦਰ ਰੋਗ ਬਣ ਜੂਗੀ। ਚਬਾ ਚਬਾ ਕੇ ਖਾਓ, ਸਮਝ ਸਮਝ ਕੇ ਖਾਓ ਇਸ ਭੋਜਨ ਨੂੰ, ਇਸ ਥਾਲ ਦੇ ਵਿੱਚੋਂ ਜੋ ਪੜ੍ਹਦੇ ਹੋ, ਆਖੋ ਵਾਹਿਗੁਰੂ, ਜੋ ਪੜ੍ਹਦੇ ਹੋ ਉਹਨੂੰ ਚਬਾ ਚਬਾ ਕੇ ਸਮਝ ਕੇ ਪੜ੍ਹੋ। ਤਿਸਕਾ ਹੋਏ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਵੀ ਇਹ ਭੋਜਨ ਰੱਜ ਰੱਜ ਕੇ ਖਾਓ, ਦਿਨ ਵੀ ਗਾਓ ਰਹਿਣ ਵੀ ਗਾਓ, ਦਿਨ ਰਾਤੀ ਅਰਾਧੋ ਪਿਆਰੇ ਨਿਮਖ ਨਾ ਕੀਜੇ ਢੀਲਾ, ਇੱਕ ਅੱਖ ਦੇ ਫਰੱਕੇ ਜਿੰਨਾ ਸਮਾਂ ਵੀ। ਕਮਾਲ ਦੀ ਗੱਲ ਆ, ਦੁਨਿਆਵੀ ਭੋਜਨ ਤੁਸੀਂ ਜ਼ਿਆਦਾ ਖਾਂਦੇ ਤੇ ਪੇਟ ਖਰਾਬ ਹੁੰਦਾ, ਇਹ ਜਿਉਂ ਜਿਉਂ ਜ਼ਿਆਦਾ ਭੋਜਨ ਖਾਂਦੇ ਹੋ ਬਾਰੋਂ ਬਾਰ ਬਾਰ ਪ੍ਰਭ ਜਪੀਏ, ਪੇਟ ਛੱਡ ਕੇ ਜ਼ਿੰਦਗੀ ਆਨੰਦਿਤ ਹੋ ਉੱਠਦੀ, ਇਹਦੇ ਚ ਕੋਈ ਖਰਾਬੀ ਨਹੀਂ। ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਦੀਵਾਨ ਇੱਕ ਕੱਲ ਦਾ ਰਹਿ ਗਿਆ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਹੈ, ਮੇਰੇ ਕੋਲ ਇੰਨੀ ਅਥਾਰਟੀ ਨਹੀਂ ਮੈਂ ਤੁਹਾਡਾ ਹੱਥ ਖੜਾ ਕਰਾਵਾਂ ਕਿ ਕੱਲ ਤੋਂ ਕੌਣ ਇਸ ਗੱਲ ਤੇ ਪਹਿਰਾ ਦਊਗਾ ਵੀ ਥੋੜਾ ਖਾਣਾ ਹੈ ਤੇ ਥੋੜਾ ਸੌਣਾ ਹੈ।
ਮਤਲਬ ਤੇ ਇਹੀ ਹੈ ਨਾ ਵੀ ਅੱਜ ਮੈਂ ਸੁਣਿਆ ਤੇ ਕੱਲ ਤੋਂ ਉੱਤੇ ਅਮਲ ਕੀਤਾ। ਮੈਨੂੰ ਨਹੀਂ ਅਥਾਰਟੀ ਹੈ ਵੀ ਮੈਂ ਕਹਾਂ ਜਸਪ੍ਰੀਤ ਹੱਥ ਖੜਾ ਕਰ ਪੁੱਤ ਵੀ ਅੱਜ ਤੋਂ ਥੋੜਾ ਖਾਓਗੇ ਥੋੜਾ ਸੌਂਗੇ, ਨਾ ਮੇਰੇ ਕੋਲ ਅਥਾਰਟੀ ਨਹੀਂ ਹੈ। ਮੈਂ ਤੁਹਾਨੂੰ ਕਹਿ ਸਕਦਾ ਕਿ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਥੋੜਾ ਪ੍ਰਸ਼ਾਦਾ ਛਕਣਾ ਹੈ ਤੇ ਥੋੜਾ ਸੌਣਾ ਹੈ। ਮੇਰੇ ਕੋਲ ਅਥਾਰਟੀ ਨਹੀਂ ਮੈਂ ਤੁਹਾਨੂੰ ਕਹਾਂ ਵੀ, ਪਰ ਨਾਰੀ ਕੇ ਨੇੜ ਨਾ ਜਾਵੇ ਇਹ ਤੇ ਮੈਂ ਕਹਿ ਸਕਦਾ ਡੰਕੇ ਦੀ ਚੋੜ ਤੇ ਵੀ ਮੇਰੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਅਖ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ 10-11 ਸਾਲ ਦੀ ਜਿੱਦਣ ਉਮਰ ਚ ਹੋਏ ਨੇ ਨਾ, ਉਹਨਾਂ ਇੱਕ ਵਚਨ ਬੋਲਿਆ, ਸੁੱਧ ਹਮਨੇ ਜਬ ਧਰੀ ਨਹੀਂ, ਸੁੱਧ ਕੀ ਕਹਿਣਾ ਚਾਹੁੰਦੇ? ਹਾਂ, ਸੋ ਸਮਝ ਮੈਨੂੰ ਆ ਗਈ, ਮੈਂ ਸੰਸਾਰ ਦੀ ਸਾਰੀ ਗੱਲ ਨੂੰ ਸਮਝਣ ਲੱਗ ਪਿਆ। ਫਿਰ ਬਚਨ ਗੁਰਦੈ ਹਮਾਰੇ, ਮੇਰੇ ਗੁਰੂ ਨੇ ਮੈਨੂੰ ਕੁਛ ਬਚਨ ਦਿੱਤੇ, ਪੁੱਤਰ ਪ੍ਰਾਣ ਜਬ ਘੱਟ ਹੈ ਥਾਰੇ। ਤੇਗ ਬਹਾਦਰ ਬਾਪੂ ਨੇ ਗਲਣਾ ਲਾ ਕੇ ਆਖਿਆ, ਪੁੱਤਰ ਤੂੰ ਹੁਣ ਵੱਡਾ ਹੋ ਗਏ ਤੇ ਦੁਨੀਆਂ ਨੂੰ ਸਮਝਣ ਲੱਗ ਪਿਆ, ਇੱਕ ਗੱਲ ਮੈਨੂੰ ਦੇ, ਜਿੰਨਾ ਚਿਰ ਤੇਰੇ ਚ ਸਵਾਸ ਨੇ ਨਾ ਇਹ ਗੱਲ ਮੇਰੀ ਚੇਤੇ ਰੱਖੀ ਵੀ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਡਾਈਓ। ਬੋਲੋ ਭਲਾ, ਬੋਲਿਆ ਨੀ ਨਾ ਗਿਆ, ਵੇਖ ਲੋ ਤਗੜਿਓ। ਨਿਜ ਨਾਰੀ ਕੇ ਸੰਗ, ਨਿਜ ਬਣੇ ਆਪਣੀ ਔਰਤ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਡਾਈਓ, ਮਗਰ ਪਰ ਨਾਰੀ ਕੀ ਸ਼ੇਜ ਭੂਲ ਸੁਪਨੇ ਵੀ ਨਾ ਗਈਓ। ਕਿਤੇ ਸੁਪਨੇ ਚ ਵੀ ਤੈਨੂੰ ਪਰਾਈ ਔਰਤ ਦਾ ਚੇਤਾ ਨਾ ਆਵੇ। ਇਹ ਬਚਨ ਕੀਤੇ ਕਿੰਨੇ? ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗਲਣਾ ਲਾ ਕੇ। ਤੁਸੀਂ ਵੀ ਸੁਣੋ ਗੁਰੂ ਕੇ ਸਿੱਖੋ, ਕੁਛ ਨਾ ਕੁਛ ਆਪਣੇ ਕਦਮ ਪਿੱਛੇ ਖਿੱਚੋ, ਇਹਨਾਂ ਅੱਖਾਂ ਨੂੰ ਪਵਿੱਤਰ ਕਰੋ ਤਾਂ ਕਿ ਗੁਰੂ ਵੇਖ ਸਕਣ, ਇਹਨਾਂ ਕੰਨਾਂ ਨੂੰ ਪਵਿੱਤਰ ਕਰੋ ਤਾਂ ਕਿ ਗੁਰਬਾਣੀ ਸੁਣ ਸਕੋ, ਇਸ ਜੀਭਾਂ ਨੂੰ ਪਵਿੱਤਰ ਕਰੋ ਤਾਂ ਕਿ ਬਾਣੀ ਗਾ ਸਕੇ, ਇਹਨਾਂ ਹੱਥਾਂ ਨੂੰ ਪਵਿੱਤਰ ਕਰੋ ਤਾਂ ਕਿ ਗੁਰੂ ਦੇ ਦਰ ਪ੍ਰਵਾਨ ਹੋ ਜਾਣ, ਇਹਨਾਂ ਪੈਰਾਂ ਨੂੰ ਪਵਿੱਤਰ ਕਰੋ ਤਾਂ ਕਿ ਗੁਰੂ ਘਰ ਪਹੁੰਚ ਸਕਣ। ਸਤਿਗੁਰੂ ਕਿਰਪਾ ਕਰੇ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਰੱਜ ਰੱਜ ਕੇ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਖਾਓ। ਗੁਰੂ ਨਾਨਕ ਮੇਰੀ ਪਹਿਜ ਰਖਾਈ, ਮੇਰਾ ਗੁਰੂ ਤੁਹਾਡੀ ਇੱਜ਼ਤ ਰੱਖੂ। ਬੜੇ ਖੁੱਲੇ ਬਚਨ ਨੇ ਗੁਰਬਾਣੀ ਚ ਇਹ ਪੜ੍ਹਨ ਨੂੰ ਇਹ ਸੁਣਨ ਨੂੰ, ਮਿਥਿਆ ਨਾਹੀ ਰਸਨਾ ਪਰਸ, ਕੀ ਆਖਿਆ ਗੁਰੂ ਸਾਹਿਬ ਨੇ ਇੱਕ ਵਾਰ ਤੁਹਾਡੇ ਚੋਂ ਕੋਈ ਦੱਸੋ ਮੈਨੂੰ, ਸੁਚੇਤ ਹੋ ਕੇ ਆਪਣੀ ਚੇਤਨਤਾ ਨੂੰ ਜਗਾ ਕੇ। ਮਿਥਿਆ ਨਾਹੀ ਰਸਨਾ, ਤੁਸੀਂ ਸਬਜ਼ੀ ਬਣਾ ਕੇ ਭੈਣਾਂ ਕਹਿੰਦੀਆਂ ਥੋੜੀ ਜਿਹੀ ਪਰਸ ਕੇ ਵੇਖੋ, ਮੂੰਹ ਨੂੰ ਲਾ ਕੇ ਵੇਖੋ। ਮੇਰਾ ਗੁਰੂ ਅਰਜਨ ਦੇਵ ਸਾਹਿਬ ਕਹਿੰਦਾ ਇੰਨਾ ਕੁ ਚੇਤਾ ਰੱਖੀ, ਝੂਠ ਜੀਭਾਂ ਨੂੰ ਲੱਗਣ ਵੀ ਨਹੀਂ ਦੇਣਾ ਅੱਗੇ ਤੇ ਹੋਰ ਗੱਲ ਆ। ਹੁਣ ਤੁਸੀਂ ਆਪੋ ਆਪਣਾ, ਮੈਂ ਵੀ ਵੇਨਾ, ਤੁਸੀਂ ਵੇਖੋ ਸਰ, ਆਪਣੇ ਅੰਦਰ ਝਾਤੀ ਮਾਰੋ ਵੀ ਇੰਨੀ ਸੁੱਚੀ ਰੱਖੀ ਆ ਵੀ ਇਹਨੂੰ ਝੂਠ ਨਾ ਲੱਗਾ ਹੋਵੇ। ਮਿਥਿਆ ਨਾਹੀਂ, ਇੱਕ ਪ੍ਰੀਤੀ ਮਨ ਚ ਰੱਖਣੀ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਮੈਂ ਉੱਤੇ ਆਇਆ ਪਰ ਤੇਰੇ ਆ ਰੂਪ, ਇਹ ਕਿਹਦੇ ਲਈ ਲਿਖਿਆ ਹੈ? ਆਵਾਜ਼ ਕਿਹਨੂੰ ਮਾਰੀ ਆ, ਬਾਣੀ ਪੜੋ, ਆਵਾਜ਼ ਕਿਹਨੂੰ ਮਾਰੀ? ਆਵੋ ਸਿੱਖ
ਤੇ ਜੇ ਤੁਹਾਨੂੰ ਪੜ੍ਹਨ ਨੂੰ ਕਿਹਾ ਤੇ ਇਹ ਉਪਦੇਸ਼ ਵੀ ਤੁਹਾਡੇ ਲਈ ਤੁਹਾਨੂੰ ਕਿਹਾ ਵਾ ਮਨ ਮੈਂ ਪ੍ਰੀਤ ਪਰਤਰਿਆ ਰੂਪ ਨਾ ਪੇਖੇ ਆਖਿਆ ਤੁਹਾਨੂੰ ਤੇ ਮੈਨੂੰ ਕਿੱਦਣ ਮੰਨੋਗੇ ਛੇਤੀ ਮੰਨ ਜੋ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਵਰਿਆ ਜੀਵਨਾ ਭੀਤਨ ਹੋਸੀ ਖੇ ਇਹਨੇ ਮਿੱਟੀ ਹੋ ਜਾਣਾ ਮਿੱਟੀ ਹੋਣ ਤੋਂ ਪਹਿਲੋਂ ਇਹਨੂੰ ਸੰਭਾਲੋ ਵਾਹਿਗੁਰੂ ਦਾ ਨਾਮ ਜਪੋ ਵਾਹਿਗੁਰੂ 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 ਤਗੜਿਓ ਤਗੜਿਓ ਕਿਰਦਾਰ ਹੀ ਸਭ ਤੋਂ ਵੱਡੀ ਆ ਸਭ ਤੋਂ ਵੱਡੀ ਜਾਇਦਾਦ ਦੌਲਤ ਆ ਬੰਦੇ ਦਾ ਕਰੈਕਟਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਰਿਆ ਤੁਰਿਆ ਜਾਂਦਾ ਇੱਕ ਗੱਲ ਆਪ ਜੀ ਨੂੰ ਪੁੱਛਣਾ ਮੈਂ ਕੁਝ ਬਚਨ ਤੁਹਾਡੇ ਸੇਵਕ ਨੇ ਕੀਤੇ ਆ ਸਭ ਤੋਂ ਵੱਡੀ ਦੁਨੀਆ ਦੀ ਦੌਲਤ ਕੀ ਆ ਬੰਦੇ ਦਾ ਕਰੈਕਟਰ ਬੋਲੋ ਨਾ ਮੈਂ ਕੀ ਕਿਹਾ ਬੋਲੋ ਆਪਣੇ ਤੇ ਝਾਤੀ ਮਾਰ ਲਿਓ ਮੈਂ ਆਪਣੇ ਤੇ ਮਾਰਦਾ ਤੁਸੀਂ ਆਪਣੇ ਤੇ ਮਾਰੋ ਗੁਆਚਾ ਕੀ ਹੈ ਕਰੈਕਟਰ ਗਾਇਬ ਹੋ ਗਿਆ ਜ਼ਿੰਦਗੀ ਚੋਂ ਕਰੈਕਟਰ ਬਣਾਓ ਆਪਣੇ ਕਿਰਦਾਰ ਨੂੰ ਉੱਚਾ ਤੇ ਸੁੱਚਾ ਰੱਖੋ ਤੁਹਾਨੂੰ ਕੋਈ ਦਸਤਾਰ ਵੇਖ ਕੇ ਗੁਰੂ ਕਾ ਸਿੱਖ ਕਹਿੰਦਾ ਹੈ ਇਸ ਗੱਲ ਦੀ ਲਾਜ ਰੱਖੋ ਤੁਹਾਡੇ ਮੂੰਹ ਤੇ ਦਾੜਾ ਤੈਨੂੰ ਵੇਖ ਕੇ ਆਖਦਾ ਇਹ ਗੁਰੂ ਕਾ ਸਿੱਖ ਤੁਰਿਆ ਫਿਰਦਾ ਮੈਨੂੰ ਕਿਸੇ ਨੇ ਪੁੱਛਿਆ ਗੁਰੂ ਕਿੱਥੋਂ ਵੇਖੀਏ ਆਖੋ ਵਾਹਿਗੁਰੂ ਗੱਜ ਕੇ ਬੋਲੋ ਗੁਰੂ ਕਿੱਥੋਂ ਵੇਖੀਏ ਮੈਂ ਕਿਹਾ ਸਿੱਖ ਚੋਂ ਨਹੀਂ ਪਤਾ ਲੱਗਦਾ ਗੁਰੂ ਕਿੰਨਾ ਮਹਾਨ ਹੋਊਗਾ ਸਿੱਖ ਦੇ ਵਿੱਚੋਂ ਦੀਦਾਰ ਕਰੋ ਸਿੱਖ ਦੇ ਕਿਰਦਾਰ ਚੋਂ ਪਤਾ ਲੱਗੂਗਾ ਇਹਦਾ ਗੁਰੂ ਕਿੰਨਾ ਮਹਾਨ ਆ ਪਤਾ ਲੱਗਾ ਜੀ ਉਹਨੇ ਕਿਹਾ ਸਿੱਖ ਕਿੱਥੋਂ ਵੇਖੀਏ ਪਹਿਲੋਂ ਕੀ ਕਿਹਾ ਗੁਰੂ ਕਿੱਥੋਂ ਵੇਖੀਏ ਕੀ ਆਖਿਆ ਸਿੱਖ ਦੇ ਕਿਰਦਾਰ ਚੋਂ ਵੇਖੋ ਹਰੀ ਸਿੰਘ ਨਲਵੇ ਚੋਂ ਵੇਖੋ ਕਿੱਥੋਂ ਤੁਹਾਨੂੰ ਆਪੇ ਦਿਸ ਪਊਗਾ ਗੁਰੂ ਗੋਬਿੰਦ ਸਿੰਘ ਸਾਹਿਬ ਕਿਤਨਾ ਦੇ ਹੋਣਗੇ ਹਰੀ ਸਿੰਘ ਨਲਵੇ ਦਾ ਕਿਰਦਾਰ ਵੇਖੋਗੇ ਤੇ ਤੁਹਾਨੂੰ ਆਪੇ ਦੀਦਾਰ ਹੋ ਜਾਣਗੇ ਵੀ ਜਿਨ੍ਹਾਂ ਦਾ ਸਿੱਖ ਦਾ ਕਿਰਦਾਰ ਏਡਾ ਵੱਡਾ ਹੈ ਉਹਨਾਂ ਦਾ ਗੁਰੂ ਕਿੱਡਾ ਵੱਡਾ ਹੋ ਰੁੜੋ ਨਾ ਰੁੜੋ ਨਾ ਸੰਬੰਧ ਹੈ ਸਭ ਕੁਛ ਜਿਹਨੂੰ ਤੁਸੀਂ ਵੇਖ ਵੇਖ ਕੇ ਅੱਖਾਂ ਅੱਡ ਕੇ ਬੈਠੇ ਹੋ ਨਾ ਬੋਲਦੇ ਹੋ ਕਰਦੇ ਹੋ ਇਹ ਸਭ ਨਾ ਸੁਣਦੇ ਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਭ ਕੂੜ ਆ ਝੂਠ ਆ ਇੱਕ ਹੀ ਸੱਚ ਆ ਗੁਰੂ ਗ੍ਰੰਥ ਸਾਹਿਬ ਜੀ ਆਖਿਆ ਗਰੀਬ ਨਵਾਜ ਸਿੱਖ ਕਿੱਥੋਂ ਵੇਖੀਏ ਹਾਜ਼ਰ ਹੋ ਇਤਨਾ ਬੈਠੋ ਜਰਾ ਸੁਚੇਤ ਹੋ ਗਏ ਸਿੱਖ ਪਹਿਲੋਂ ਕੀ ਕੁਐਸਚਨ ਸੀ ਗੁਰੂ ਕਿੱਥੋਂ ਵੇਖੀਏ ਕਹਿੰਦੇ ਸਿੱਖ ਕਿੱਥੋਂ ਵੇਖੀਏ ਕਹਿੰਦੇ ਗੁਰੂ ਵਿੱਚੋਂ ਜੋ ਸਿੱਖ ਦੀ ਵਿਆਖਿਆ ਗੁਰੂ ਕਰ ਸਕਦਾ ਹੈ ਬੰਦਾ ਨਹੀਂ ਕਰ ਸਕਦਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਫਿਰ ਸਿੱਖ ਦੀ ਪਰਿਭਾਸ਼ਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਆਹ ਵੇਖ ਲਾ ਸਿੱਖ ਕਿਸ ਤਰ੍ਹਾਂ ਦਾ ਹੁੰਦਾ ਆਹ ਮੈਂ ਤੈਨੂੰ ਉਹਦੀ ਤਸਵੀਰ ਉਖਾਵਾਂ
ਸੋ ਭਲਕੇ ਉੱਠ। ਕਿਸੇ ਸਿੱਖ ਨੂੰ ਵੇਖਣਾ ਜਿਹੜਾ ਸਵੇਰੇ ਚੌਂਕੜਾ ਮਾਰ ਕੇ ਬੈਠਾ, ਉਹਨੂੰ ਕਹੇ ਸਿੱਖ ਆ। ਮੈਂ ਕੀ ਆਖਿਆ ਜੀ, ਬੋਲੋ। ਜਿਹੜਾ ਸਵੇਰੇ ਉੱਠ ਕੇ ਆਪਣੇ ਰੱਬ ਦੀ ਯਾਦ ਵਿੱਚ ਜੁੜਿਆ ਬੈਠਾ ਵਾ, ਕਿਸੇ ਅਗੰਮੀ ਰਸ ਵਿੱਚ ਡੁੱਬਿਆ, ਵਾਹਿਗੁਰੂ 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 ਇੱਕ ਵਿਦਵਾਨ ਕਹਿੰਦੇ ਜੇ ਸਿੱਖ ਨੂੰ ਵੇਖਣਾ ਹੋਵੇ ਨਾ, ਸਿੱਖ ਨੂੰ ਕੀ ਗੱਲ ਹੋਵੇ, ਸਿੱਖ ਨੂੰ ਵੇਖਣਾ ਹੋਵੇ ਤੇ ਭਾਈ ਗੁਰਦਾਸ ਜੀ ਦੇ ਚਸ਼ਮੇ ਨਾਲ ਵੇਖੋ। ਗੁਰਸਿੱਖ ਭੜਕੇ ਉੱਠ ਕਰ, ਗੁਰਸਿੱਖ ਜਿਹੜਾ ਗੁਰਸਿੱਖ ਆ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਰਨ ਵੰਦਾ, ਅੰਮ੍ਰਿਤ ਵੇਲੇ ਕੀ ਕਰਦਾ ਹੈ, ਇਸ਼ਨਾਨ ਕਰਦਾ, ਗੁਰ ਕੇ ਬਚਨ ਉਚਾਰ ਕੇ ਫਿਰ ਧਰਮਸਾਲ ਦੀ ਸੁਰਤ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਇਹ ਸਿੱਖ ਦਾ ਜੀਵਨ ਆ। ਕਾਹਦੀ ਹੈਗੀ ਜੇ, ਇਹਨੂੰ ਚੇਤਾ ਕਰਕੇ ਆਖਿਓ ਪਰਮਜੀਤ ਸਿੰਘ ਤੇ ਆਪ ਪਾਪੀ ਹੈ ਤੁਹਾਨੂੰ, ਮੈਨੂੰ ਨਹੀਂ ਜਵਾਬ ਦੇਣਾ। ਇੱਕ ਵਾਰ ਆਪਣੇ ਗੁਰੂ ਨੂੰ ਯਾਦ ਕਰਕੇ ਕਹੋ ਸਾਡੀ ਕਿਰਤ ਵਿੱਚ ਧਰਮ ਹੈਗਾ ਹੈ। ਆਖੋ ਵਾਹਿਗੁਰੂ, ਕੀ ਕਹਿਣਾ ਹੈ ਸਾਡੀ ਕਿਰਤ ਵਿੱਚ, ਕਿਰਤ ਵਿਰਤ ਕਰ ਧਰਮ ਦੀ, ਫਿਰ ਉਹਦੇ ਵਿੱਚੋਂ ਧਰਮ ਦੀ ਕਿਰਤ ਵਿੱਚੋਂ ਲੈ ਪ੍ਰਸ਼ਾਦ ਆਣ ਵਰਤਨ ਦਾ। ਤੁਸੀਂ ਕੀ ਸੋਚਦੇ ਹੋ ਬੇਈਮਾਨੀ ਦੇ ਪੈਸੇ ਵਿੱਚੋਂ ਬਣਾਏ ਕੜਾ ਪ੍ਰਸ਼ਾਦ ਨੂੰ ਗੁਰੂ ਸਾਹਿਬ ਭੋਗ ਲਾਉਂਦੇ ਹੋਣਗੇ, ਪ੍ਰਵਾਨ ਕਰਦੇ ਹੋਣਗੇ? ਆਖੋ ਵਾਹਿਗੁਰੂ, ਜੇ ਉਹਦੇ ਭੋਜਨ ਦੇ ਵਿੱਚੋਂ ਪੂੜੀਆਂ ਨਹੀਂ ਸੀ ਖਾਂਦਾ, ਕਹਿੰਦਾ ਮੈਂ ਤੇ ਸੁੱਕੀ ਰੋਟੀ ਭਾਈ ਲਾਲੋ ਦੀ ਖਾਊਂਗਾ ਕਿਉਂਕਿ ਉਹਦੇ ਵਿੱਚੋਂ ਮੈਨੂੰ ਦੁੱਧ ਦਿਸਦਾ ਹੈ, ਤੇ ਤੇਰੀ ਰੋਟੀ ਦੇ ਵਿੱਚੋਂ ਮੈਨੂੰ ਖੂਨ ਦਿਸਦਾ ਏ, ਅੱਜ ਤੇ ਘਰ ਘਰ ਮਲਕ ਭਾਗੋ ਬੈਠੇ ਨੇ, ਹੁਣ ਰੋਟੀ ਗੁਰੂ ਖਾਵੇ ਤੇ ਕਿੱਥੋਂ ਖਾਵੇ? ਚੇਤਾ ਕਰੋ ਕਿੱਥੋਂ ਖਾਵੇ ਪ੍ਰਸ਼ਾਦਾ? ਇਹ ਸਭ ਕੁਝ ਜਿੰਨਾ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਪ੍ਰਵਾਨ ਕਰੋ ਜੀ, ਖਾਓ ਜੀ, ਜਾਂ ਭੋਗ ਲਓ, ਜੋ ਵੀ ਸ਼ਬਦ ਤੁਸੀਂ ਬੋਲਦੇ ਹੋ, ਕਿਤਨਾ ਲਾ ਲਏ ਕੱਟ ਕੱਟ ਕੇ? ਜਾਣਦਾ ਨੀ ਗੁਰੂ ਪੀ ਇਹ ਬੰਦਾ ਜਿਹੜਾ ਕੜਾ ਪ੍ਰਸ਼ਾਦ ਲਈ ਪੈਸੇ ਦੇ ਕੇ ਗਿਆ, ਦੀ ਕਮਾਈ ਕੀ ਆ? ਇਹ ਸਿੱਖ ਦਾ ਜੀਵਨ ਸੀ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਵਰਤਾਏ ਕੇ ਪਿੱਛੋਂ ਬਚਿਆ ਆਪ ਖਵੰਦਾ, ਇਹ ਸਿੱਖ ਦਾ ਜੀਵਨ ਸੀ। ਜੇ ਸਿੱਖ ਦੇ ਦੀਦਾਰ ਕਰਨੇ ਤੇ ਕਿੱਥੋਂ ਆਉਣਗੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹਦੀ ਵਿਆਖਿਆ ਲੱਭੂਗੀ, ਉਹਦਾ ਕਿਰਦਾਰ ਦਿਸੂਗਾ, ਸਿੱਖ ਇਸ ਤਰ੍ਹਾਂ ਦਾ ਹੁੰਦਾ।
ਜੇ ਸਿੱਖ ਲੱਭਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਜੇ ਗੁਰੂ ਲੱਭਣਾ ਹੈ ਤੇ ਚੰਗੇ ਕਿਸੇ ਗੁਰਸਿੱਖ ਦੇ ਜੀਵਨ ਚੋਂ ਪਤਾ ਲੱਗ ਜੂਗਾ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਤਰ੍ਹਾਂ ਦੇ ਸੀ। ਗੁਰੂ ਕਿਰਪਾ ਕਰੇ ਅੱਜ ਦੇ ਪਤੇ ਦੀ ਆਓ ਵਿਚਾਰ ਕਰੀਏ, ਸਮਾਂ ਭੱਜ ਗਿਆ। ਅੱਜ ਦਾ ਪਤਾ ਗਰੀਬ ਨਵਾਜ ਪਾਤਸ਼ਾਹ ਨੇ ਜੋ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਹੈ, ਉੱਤੇ ਪੜੋ ਕੀ ਆਇਆ, ਫਿਰ ਬੋਲੋ। ਚਾਰੇ ਦੇ ਚਾਰੇ ਪਦਾਰਥ ਸਿਆਰੀ ਕਹਿੰਦੀ, ਇਹਦਾ ਅਰਥ ਇਹ ਬਣਦਾ ਜੇ ਇਕੱਲੀ ਗਿਣਤੀ ਹੁੰਦੀ ਤੇ ਫਿਰ ਸਿਆਰੀ ਨਹੀਂ ਸੀ ਹੋਣੀ। ਚਾਰੇ ਦੇ ਚਾਰੇ ਪਦਾਰਥ ਜੇ ਕੋਈ ਚਾਹੁੰਦਾ ਮੇਰੇ ਘਰ ਚ ਆ ਜਾਣ, ਪਹਿਲੀ ਗੱਲ ਤੇ ਹੱਥ ਖੜਾ ਕਰੋ, ਕਿਹਨੂੰ ਕਿਹਨੂੰ ਪਤਾ ਚਾਰ ਪਦਾਰਥ ਕਿਹੜੇ? ਸਾਰਿਆਂ ਨੂੰ ਨਹੀਂ ਪਤਾ, ਮੈਂ ਗਿਣ ਕੇ ਦਾ। ਪਹਿਲਾਂ ਬੋਲੋ ਧਰਮ, ਅਰਥ, ਕਾਮ, ਮੋਕਸ਼। ਧਰਮ ਦਾ ਤੇ ਪਤਾ ਹੀ ਆਪ ਜੀ ਨੂੰ, ਧਰਮ ਦਾ ਅਰਥ ਕੀ ਹੈ? ਬਲਕਾਰ ਸਿੰਘ, ਅਸੂਲ ਨਿਯਮ ਜ਼ਿੰਦਗੀ ਦੇ, ਆਖੋ ਵਾਹਿਗੁਰੂ, ਜ਼ਿੰਦਗੀ ਦੇ ਅਸੂਲ ਨਿਯਮ ਧਰਮ ਦਾ। ਪਹਿਲਾ ਪਦਾਰਥ ਹੈ ਧਰਮ, ਇਹ ਥੋਪਿਆ ਨਹੀਂ ਜਾਂਦਾ ਕਿਸੇ ਦੇ, ਇਹ ਉਹਨਾਂ ਲੋਕਾਂ ਦੇ ਹਿਰਦੇ ਪ੍ਰਵੇਸ਼ ਕਰਦਾ ਜਿਹੜੇ ਸੇਵਾ ਕਰਦੇ ਆ, ਸਾਧ ਜਨਾ ਕੀ। ਫਿਰ ਅਰਥ, ਅਰਥ ਮਣੇ ਪੈਸਾ, ਅਰਥ ਮਣੇ, ਤੁਸੀਂ ਕਹਿੰਦੇ ਨੀ ਅਰਥ ਵਿਵਸਥਾ ਡੋਲ ਗਈ ਉਹਦੀ, ਅਰਥ ਮਣੇ ਪੈਸਾ। ਕਿੰਨੇ ਹੋ ਗਏ? ਕਿਹੜੇ ਕਿਹੜੇ? ਧਰਮ ਤੇ ਅਰਥ। ਤੀਸਰਾ ਮੋਕਸ਼, ਕਾਮ, ਕਾਮ ਮਣੇ ਕਾਮਨਾਵਾਂ, ਜਿੰਨੀਆਂ ਤੇਰੀਆਂ ਕਾਮਨਾ, ਮੇਰੇ ਘਰ ਪੁੱਤ ਹੋਵੇ, ਮੇਰੇ ਘਰ ਧੀ ਹੋਵੇ, ਮੇਰੇ ਘਰ ਆਵੇ ਆਵੇ, ਇਹ ਵੀ ਸਾਰਾ ਕੁਝ ਉਹਦੇ ਘਰ ਚ ਆ ਜਾਂਦਾ ਹੈ ਜਿਹੜਾ ਕੀ ਕਰਦਾ, ਸੇਵਾ ਕਰਦਾ। ਸਾਜਨਾ ਕੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪੰਜ ਚੌਥੇ ਪਦਾਰਥ ਵਿੱਚ ਕਹਿੰਦੇ ਮੋਕਸ਼, ਤੇਰੇ ਕੋਲ ਅਸੂਲ ਵੀ ਹੋਣ, ਤੇਰੇ ਕੋਲ ਪੈਸਾ ਵੀ ਹੋਵੇ, ਆਖੋ ਵਾਹਿਗੁਰੂ, ਤੇਰੇ ਕੋਲ ਧੀਆਂ ਪੁੱਤਰ ਵੀ ਹੋਣ, ਅੰਤ ਨੂੰ ਤੂੰ ਮੁਕਤ ਹੋ ਜਾ, ਇਹ ਵੀ ਪਦਾਰਥ ਆ। ਮੋਕਸ਼, ਮੋਕਸ਼ ਮੈਨੇ ਮੁਕਤੀ, ਬੋਲੋ ਨਾ ਸਾਰੇ, ਜੇ ਤੁਸੀਂ ਬੋਲੋਗੇ ਨਹੀਂ ਤੇ ਸੱਚੀ ਮੁੱਚੀ ਸਰੀਰ ਇੱਥੇ ਹੋਊਗਾ, ਬਾਹਰ ਭਰ ਦਿਓ। ਕਿੰਨੇ ਪਦਾਰਥ ਹੋ ਗਏ? ਕਿਹੜੇ ਕਿਹੜੇ? ਇਹ ਚਾਰ ਪਦਾਰਥ ਕਿਹਨੂੰ ਮਿਲਦੇ ਨੇ? ਉਹ ਜਿਹੜਾ ਸੰਗਤ ਦੇ ਜੋੜੇ ਝਾੜਦਾ ਏ, ਸੰਗਤ ਦੇ ਜੂਠੇ ਬਰਤਨ ਸਾਫ਼ ਕਰਦਾ ਏ, ਗੁਰੂ ਨਾਨਕ ਦੇ ਘਰ ਵਿਚ ਆਣ ਕੇ ਝਾੜੂ ਮਾਰਦਾ ਏ, ਇਹ ਚਾਰੇ ਪਦਾਰਥ ਉਹਦੇ ਘਰ ਵਿਚ ਆ ਜਾਂਦੇ ਆ। ਪਤਾ ਲੱਗ ਗਿਆ। ਅੱਗੇ ਗਰੀਬ ਨਵਾਜ ਪਾਤਸ਼ਾਹ ਨੇ ਸੇਵਾ ਦੇ ਨਾਲ ਭਾਗ ਲਾ ਕੇ ਅਗਲੀ ਤੁਕ ਵਿਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਭਾਗ ਲਾਏ ਨੇ ਵੀ ਜੇ ਕੋ ਆਪਣਾ ਦੁੱਖ ਮਿਟਾਵੇ, ਬੋਲੋ ਬੋਲੋ, ਜੇ ਕੋ ਚਾਹੁੰਦਾ ਵੀ ਮੇਰੇ ਘਰੋਂ ਦੁੱਖ ਦੇ ਲਿਦਰ, ਸਾਰੇ ਬੋਲੋ, ਚਾਹੁੰਦੇ ਹੋ ਸਾਰੇ? ਤੇ ਫਿਰ ਧਾਗੇ ਤਵੀਤ ਲੈ ਕੇ ਨਾ ਹੱਥਾਂ ਨੂੰ ਬੰਨੂ, ਆ ਵੇਖਿਆ ਜੀ ਹੱਥਾਂ ਦੇ ਵਿੱਚ ਧਾਗੇ ਪਾਏ ਲੋਕਾਂ ਨੇ, ਜੇ ਕਿਸੇ ਦਾ ਫੜ ਲਓ ਤੇ ਕਹਿੰਦੇ ਜੀ ਰੱਖੜੀ ਬੱਧੀ। ਇੱਕ ਸਰਕਾਰ ਨੇ ਬਚਨ ਲਿਖਿਆ, ਹੋਏ ਸਿੱਖ, ਬੋਲੋ ਇਹਦਾ ਮਤਲਬ, ਸਿੱਖ ਹੋ ਕੇ ਗਲ ਧਾਗਾ ਮੇਲੇ, ਹੱਥ ਨੂੰ ਬਾਂਹ ਨੂੰ ਬੰਨੇ, ਹੱਥ ਨੂੰ ਬੰਨੇ, ਚੌਪੜਬਾਜੀ ਗਣਕਾਂ ਖੇਲੇ, ਚੌਪੜਬਾਜੀ ਤਾਸ਼, ਵਿਸਵਾਦ ਬਾਰੇ ਜਾਵੇ ਜਿਹੜਾ ਸਿੱਖ,
ਦਾਸ ਗੋਬਿੰਦ ਸਿੰਘ ਕਰਤਵ ਖਿਆਨ, ਪਤਾ ਲੱਗ ਰਿਹਾ ਜੇ ਜਿਹੜਾ ਇਹ ਗੁਨਾਹ ਕਰਦਾ ਹੈ, ਦਾਸ ਗੋਬਿੰਦ ਸਿੰਘ ਕਰਤਵ ਖਿਆਨ, ਉਹ ਕੋਟ ਜਨਮ ਪਾਵੇਗੋ ਸਵਾਨ। ਸਵਾਨ ਕਿਹਨੂੰ ਕਹਿੰਦੇ? ਜਿਹੜਾ ਸਿੱਖ ਗਲ ਵਿੱਚ ਜਾਂ ਹੱਥ ਵਿੱਚ ਧਾਗਾ ਕਿਤੋਂ ਲੈ ਕੇ ਬੰਨੂਗਾ, ਉਹ ਕਰੋੜ ਵਾਰ ਕੁੱਤੇ ਦੀ ਜੂਨੀ ਵਿੱਚ ਆਊਗਾ। ਮਹਾਰਾਜ ਨੇ ਲਿਖਤਾ ਵਚਨ, ਫੜ ਕੇ ਵੇਖ ਲਿਓ, ਆਖੋ ਵਾਹਿਗੁਰੂ। ਬੜੇ ਵਚਨ ਨੇ, ਧਾਗੇ ਨਹੀਂ। ਸਾਜਨਾ ਕੀ ਜੇ ਕੋ ਆਪਣਾ ਦੁੱਖ ਮਿਟਾਵੇ, ਦੁੱਖ ਦਲਿੱਦਰ ਮਿਟਾਉਣ ਨੂੰ ਅੱਜ ਦੀ ਦੁਨੀਆਂ ਵਿੱਚ ਬਹੁਤ ਸਾਰੇ ਠੱਗ ਬੈਠੇ। ਹੁਣ ਤੇ ਇਤਨਾ ਲੱਗਦਾ ਵੀ ਦੁਨੀਆਂ ਹੀ ਠੱਗਾਂ ਦੀ ਹੋ ਗਈ। ਇੱਕ ਦੀ, ਦੋ ਦੀ, ਤਿੰਨ ਦੀ ਗਿਣਤੀ ਕੀ ਕਰਾਂ। ਹਰ ਬੰਦਾ ਘਰ ਘਰ, ਕੱਲ ਮੇਰੇ ਤੋਂ ਪਹਿਲੇ ਬਈ ਕਥਾ ਵਿੱਚ ਕਹਿੰਦੇ ਸੀ, ਆਖੋ ਵਾਹਿਗੁਰੂ। ਹਰ ਬੰਦਾ ਘਰ ਘਰ ਸ਼ਬਦ ਦਿੰਦਾ ਫਿਰਦਾ। ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਕਿਹਾ ਸੀ ਕਿਸੇ ਨੇ, ਸ਼ਬਦ ਦੇ ਦੋ ਜੀ। ਕਹਿੰਦੇ ਇੱਕ ਅੰਗ ਤੋਂ 1430 ਅੰਗ ਤੱਕ ਭਰਿਆ ਹੀ ਸ਼ਬਦਾਂ ਨਾਲ, ਇੱਥੋਂ ਲੈ ਲਓ, ਕੋਈ ਇੱਕ ਸ਼ਬਦ ਲੈ ਕੇ ਪੜ੍ਹ ਲਓ, ਤੁਹਾਡਾ ਭਲਾ ਹੋਜੂ। ਇਹ ਸ਼ਬਦ ਦੇਣ ਵਾਲਿਆਂ ਦਾ ਵੀ ਘਾਟਾ ਨਹੀਂ। ਆਖੋ ਵਾਹਿਗੁਰੂ। ਸਮਝ ਵੀ ਰਹੇ ਹੋ ਕਿ ਨਹੀਂ ਜੀ? ਸ਼ਬਦ ਲੈਣਾ ਨਹੀਂ ਕਿਤਿਓ, ਸ਼ਬਦ ਤਾਂ ਭੰਡਾਰ ਭਰੇ ਪਏ। ਪਿਓ ਦਾਦੇ ਕਾ ਖੋਲ ਤਾਂ ਮੇਰੇ ਮਨ, ਇਹਦੇ ਵਿੱਚੋਂ ਖਾਵੇਂ ਖਰਚੇ ਰਲ ਮਿਲ ਭਾਈ, ਜਿੰਨੇ ਮਰਜ਼ੀ ਸ਼ਬਦ ਕੱਢ ਕੇ ਪੜੀ ਜਾਓ, ਘਟਣਾ ਇੱਕ ਨਹੀਂ, ਤੋੜ ਨਾ ਆਵੇ ਵੱਧ ਹੋ ਜਾਏ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ, ਜੇ ਕਿਸੇ ਦੇ ਘਰ ਦੁੱਖ ਦਲਿੱਦਰ ਆ ਵੀ ਗਏ, ਪਹਿਲੀ ਗੱਲ ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਇੱਕ ਸ਼ਬਦ ਅਸੀਂ ਬਹੁਤ ਵਰਤਦੇ ਹਾਂ, ਧਿਆਨ ਨਾਲ ਸੁਣਿਓ ਜੇ ਸੁਚੇਤ ਹੋ, ਮਨ ਜੁੜਿਆ, ਵੀ ਮੇਰੇ ਘਰ ਚ ਦੁੱਖ ਨੇ, ਮੇਰੇ ਘਰ ਚ ਕਲੇਸ਼ ਹੈ। ਸੁਣਿਆ ਜੇ ਕਿ ਨਹੀਂ? ਕਿੰਨੇ ਲੋਕੀ ਬੋਲਦੇ, ਬੋਲੋ, ਕਿਸੇ ਨੇ ਸਾਡੇ ਘਰ ਚ ਕੁਝ ਕਰਤਾ, ਸਾਡੇ ਘਰ ਚ ਕੀ ਨੇ? ਕਲੇਸ਼ ਦੁੱਖ ਨੇ। ਮੈਂ ਕਹਿੰਦਾ ਘਰ ਦੇ ਜੀ ਬਾਹਰ ਆ ਜਾਓ, ਕਿੱਥੋਂ ਘਰ ਚੋਂ ਬਾਹਰ ਆ ਜਾਓ, ਤੁਹਾਡੀਆਂ ਫਰਿੱਜਾਂ ਲੜਦੀਆਂ, ਚਿੱਥਣਾ ਹੈ, ਚਿੱਥਣਾ ਹੈ, ਜਾਨਣਾ ਸ਼ਬਦ ਨੂੰ, ਇਹ ਗਹਿਰਾ ਸ਼ਬਦ ਆ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼। ਉੱਥੇ ਤਨ ਸ਼ਬਦ ਵਰਤਿਆ, ਨਾ ਕਿ ਘਰ ਵਰਤਿਆ। ਤੁਹਾਡੀਆਂ ਵਾਰੀਆਂ ਆਪੇ ਵੱਜਣ ਲੱਗ ਪੈਂਦੀਆਂ, ਕਲੇਸ਼ ਪਿਆ ਵਾਰੀਆਂ ਚ, ਪੱਖੇ ਆਪਸ ਵਿੱਚ ਵੱਜਣ ਲੱਗ ਪਏ। ਇੱਥੋਂ ਪਤਾ ਲੱਗਾ ਕਲੇਸ਼ ਘਰ ਚ ਨਹੀਂ, ਕਲੇਸ਼ ਬੰਦਿਆ ਤੇਰੇ ਅੰਦਰ ਆ, ਤੂੰ ਬਾਹਰ ਆ ਜਾਏਗਾ, ਘਰ ਚ ਕੋਈ ਪੌੜਾ ਨਹੀਂ। ਇੱਥੋਂ ਸਫਾਈ ਕਰ, ਘਰ ਵਿੱਚ ਨਹੀਂ। ਘਰ ਵਿੱਚ ਐਵੇਂ ਰੌਲਾ ਪਾਈ ਜਾਣਾ, ਭੈਣਾ ਮੇਰੇ ਘਰ ਤੇ ਬੜਾ ਕਲੇਸ਼ ਪਿਆ, ਤੇਰੇ ਘਰ ਚ ਨਹੀਂ ਪਿਆ, ਤੇਰੇ ਅੰਦਰ ਪਿਆ। ਉਹ ਕਿਤਨਾ ਨਿਕਲੂਗਾ? ਵਾਹਿਗੁਰੂ 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 ਵਾਹਿਗੁਰੂ। ਹਾਂ, ਹੁਣੇ ਨਿਕਲ ਜੂ, ਆਰਾਮ ਆ ਜੂਗਾ, ਬੜੀ ਸੁਖ ਦੀ ਨੀਂਦ ਸੌਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਦੌੜ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਤੇ ਲਿਖਿਆ ਵੀ ਜੇ ਕੋ ਆਪਣਾ ਧਾਗਾ ਲਵੇ, ਸਵਾਹ ਦੀ ਪੁੜੀ ਕਿਸੇ ਕੋਲ ਲੈ ਲੇ, ਕੀ ਕਰੇ? ਹਰ ਹਰ ਨਾਮ ਹਿਰਦੇ ਸਦਗਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਹਰ ਆ
ਪਤਾ ਲੱਗ ਹੀ ਗਿਆ ਹੋਊਗਾ ਕੀ ਕਰੇ ਜੀ ਹਰੀ ਦਾ ਨਾਮ ਹਿਰਦੇ ਵਿੱਚ ਇੱਕ ਮਿੰਟ ਲਈ ਨਹੀਂ ਦੋ ਮਿੰਟ ਲਈ ਨਹੀਂ ਸਦਾ ਹੀ ਵਾਹਿਗੁਰੂ 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 ਕਰਦਾ ਰਹੇ ਦੁੱਖ ਦਰਦਰ ਮਿਟ ਜਾਣਗੇ ਦੁੱਖ ਰੋਗ ਸੰਤਾਪ ਉਤਰੇ ਕਦੋਂ ਆ ਸੁਣ ਲਓ ਕੀ ਕਹਿ ਰਹੀ ਬਾਣੀ ਅੱਗੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅਗਲੀ ਤੋਂ ਕੋਈ ਜੇ ਕੋ ਆਪਣੀ ਸ਼ੋਭਾ ਲੋਰੇ ਅਸੀਂ ਕੀ ਰਾਹ ਫੜਿਆ ਸ਼ੋਭਾ ਕਰਾਉਣੀ ਆ ਜੀ ਸੋਨੇ ਦਾ ਸ਼ੋਭਾ ਚੜਾ ਦੋ ਗੁਰੂ ਸਾਹਿਬ ਤੇ ਪ੍ਰਬੰਧਕ ਵੀ ਭਾਵੇਂ ਦਾੜੀ ਕਾਲੀ ਕੀਤੀ ਹੈ ਅੱਖ ਵਾਹਿਗੁਰੂ ਮਾਫ ਕਰਿਓ ਸੁਲੱਖਣ ਸਿੰਘ ਭਾਵੇਂ ਦਾੜੀ ਕਾਲੀ ਕੀਤੀ ਭਾਵੇਂ ਕੱਟੀ ਆ ਮੇਰੇ ਸਾਹਿਬ ਦਾ ਲਿਆ ਕੇ ਜਿਹਨੂੰ ਸਿਰ ਪਾਓ ਕਹਿੰਦੇ ਕੀ ਕਹਿੰਦੇ ਸਿਰ ਪਾਓ ਉਹਨਾਂ ਨੂੰ ਮਿਲਦਾ ਜਿਹੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਦੇ ਹੋ ਗਏ ਜਿਹਨੇ ਕੇਸ ਹੀ ਨਹੀਂ ਰੱਖੇ ਤੁਸੀਂ ਚੰਦ ਸੋਨੇ ਲਈ ਇਹ ਗੁਰੂ ਦਾ ਸਰੋਪਾ ਉਹਨਾਂ ਦੇ ਗਲ ਚ ਵੀ ਪਾਤਾ ਜਿਹਨਾਂ ਨੇ ਸੋਨੇ ਦਾ ਛੱਬਾ ਚੜਾਇਆ ਬੀਬੀ ਆਈ ਵਾਲ ਕਾਲੇ ਕੀਤੇ ਆ ਪਰਵੱਟੇ ਕੱਟੇ ਨੇ ਉਹਨੇ 2 ਕਿਲੋ ਸੋਨਾ ਲਿਆ ਕੇ ਅਕਾਲ ਤਖ਼ਤ ਸਾਹਿਬ ਤੇ ਚੜਾਤਾ ਪੰਜੇ ਸਿੰਘ ਸਾਹਿਬ ਅੱਗੇ ਤੇ ਕਦੀ ਇਕੱਠੇ ਨਹੀਂ ਹੋਏ ਪੰਥਕ ਮਸਲੇ ਦੇ ਉਦਣ ਬੋਲੋ ਇਕੱਠੇ ਹੋ ਕੇ ਲਿਆ ਕੇ ਬੀਬੀ ਨੂੰ ਨਾਲ ਸਰੋਪਾ ਦਿੱਤਾ ਤੇ ਨਾਲੇ ਉਹਨੂੰ ਸਰਟੀਫਿਕੇਟ ਦਿੱਤਾ ਇਹ ਬੀਬੀ ਮਹਾਦਾਨੀ ਆ ਇਹਨੇ 2.5 ਕਿਲੋ ਸੋਨਾ ਗੁਰਦੁਆਰੇ ਚੜਾਇਆ ਨੋ 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 ਇਹਦੇ ਨਾਲ ਸ਼ੋਭਾ ਨਹੀਂ ਹੁੰਦੀ ਇੱਥੇ 4 ਬੰਦੇ ਕਰ ਦੇਣਗੇ ਆਖੋ ਵਾਹਿਗੁਰੂ ਮਗਰ ਜੇ ਤੂੰ ਦਰਗਾਹ ਤੱਕ ਵੀ ਆਪਣੀ ਸ਼ੋਭਾ ਕਰਾਉਣੀ ਚਾਹੁੰਦਾ ਹੈ ਤੇ ਆ ਵੇਖ ਜੇ ਕੋ ਆਪਣੀ ਸ਼ੋਭਾ ਲੋਰੇ ਜੇ ਕੋ ਆਪਣੀ ਸ਼ੋਭਾ ਲੋਰੇ ਜੇ ਕੋ ਸਾਧ ਸੰਗ ਇਹ ਹਮ ਸ਼ੋਰ ਸਾਧ ਸੰਗ ਇਹ ਜੇ ਕੋਈ ਸੋਭਾ ਕਰਾਉਣੀ ਚਾਹੁੰਦਾ ਹੈ ਤੇ ਆਪਣੀ ਹਉਮੈ ਛੱਡੋ ਜਦੋਂ ਤੁਸੀਂ ਨੀਵੇਂ ਹੋ ਕੇ ਇੱਥੇ ਸੇਵਾ ਕਰੋਗੇ ਨਾ ਨਿਮਰਤਾ ਚ ਸੇਵਾ ਕਰੋਗੇ ਤੇ ਸਾਰੀ ਦੁਨੀਆਂ ਤੈਨੂੰ ਸੱਚੇ ਮਾਰਗ ਚੱਲਦਿਆਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਹਰ ਬੰਦਾ ਤੇਰੀ ਜੈ ਜੈਕਾਰ ਕਰੂਗਾ ਜਦੋਂ ਤੇਰੇ ਕੋਲ ਇੱਕ ਗਹਿਣਾ ਹੋਊਗਾ ਕਿ ਨਿਮਰਤਾ ਸ਼ਾਬਾਸ਼ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਸਾਰੀਆਂ ਦਾ ਤੱਤ ਕੀ ਆ ਨੀਵਾਂਪਨ ਮਿੱਠਾ ਬੋਲਣਾ ਗਰੀਬ ਨਿਵਾਜ ਪਾਤਸ਼ਾਹ ਜੀ ਅਗਲੀ ਤੁਕ ਵਿੱਚ ਬੜੇ ਪਿਆਰੇ ਬਚਨ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੇ ਸੁਣੋ ਹੁਣ ਗੁਰੂ ਕੇ ਸਿੱਖੋ ਜੇ ਕੋ ਜੇ ਕਿਸੇ ਨੂੰ ਇਹ ਡਰ ਆਉਣ ਲੱਗ ਪਿਆ ਵੀ ਮੈਂ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਇਹ ਚੱਕਰ ਮੇਰੇ ਕੋਲੋਂ ਕਦੋਂ ਲੱਥੂਗਾ ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸਾਧ ਜਨਾ ਕੀ ਸ਼ਰਨੀ ਪਰੇ ਕੀ ਹੋਇਆ ਬਲਕਾਰ ਸਿੰਘ ਸਾਧ ਜਨਾ ਕੀ ਸਾਧੂ ਜੀ ਕਿਹੜੇ ਭਲਾ ਪੰਜ ਪਿਆਰੇ ਸਾਹਿਬਾਨ ਜਿਹੜੇ ਜੰਮਣ ਤੇ ਮਰਨ ਦਾ ਰੋਗ ਕੱਟ ਦੇ ਜਿੱਦਣ ਸਿੱਖ ਅੰਮ੍ਰਿਤ ਛਕਦਾ ਹੈ ਨਾ ਤੇ ਇਹਦੀ ਫੈਲ ਮੰਗਾਉਂਦੇ ਨੇ ਮਹਾਰਾਜ ਪਾਤਸ਼ਾਹ ਸੁਣੋ ਜੀ ਕਲਕੱਤੇ ਧਿਆਨ ਨਾ ਇਹਦੀ ਕੀ ਮੰਗਾਉਂਦੇ ਤੇ ਫੈਲ ਮੰਗਾ ਕੇ ਕਹਿੰਦੇ ਸਿੱਖਾ ਅੱਜ ਤੋਂ ਬਾਅਦ ਆ 2 ਅਕਸ਼ਰ ਤੇਰੀ ਜ਼ਿੰਦਗੀ ਚੋਂ ਮੈਂ ਕੱਟ ਦੇਣ ਲੱਗਾ ਕਿਹੜੇ ਕਿਹੜੇ
ਜੰਮਣਾ, ਕਿਉਂਕਿ ਦੋਵਾਂ ਚੀਜ਼ਾਂ ਦਾ ਸੁਮੇਲ ਆ। ਜੇ ਜੰਮੂਗਾ ਤਾਂ ਮਰੂ, ਮਰੂਗਾ ਤੇ ਅੱਜ ਦੋਵੇਂ ਵਾਸ਼ ਕਰ ਦੇਣਾ। ਅੱਜ ਤੋਂ ਤੈਨੂੰ ਮੈਂ ਜੀਵਨ ਦੇ ਦਿੱਤਾ, ਉਹ ਜੀਵਨ ਦੇ ਦਿੱਤਾ, ਅੰਮ੍ਰਿਤ ਪੀਵੋ ਸਦਾ ਚਿਰ। ਤੇ ਜਦੋਂ ਸਦਾ ਚਿਰ ਜੀਵੋ ਦੀ ਅਸੀਸ ਮਿਲ ਗਈ ਤੇ ਫਿਰ ਇੱਥੋਂ ਪਤਾ ਲੱਗਾ ਵੀ ਕੋਈ ਸਮਾਂ ਇਹੋ ਜਿਹਾ ਨਹੀਂ ਆਉਣਾ ਜਦੋਂ ਮੈਂ ਮਰਨਾ ਹੈ ਤੇ ਮਰੂੰਗਾ ਤੇ ਦੁਬਾਰਾ ਨਹੀਂ, ਪਤਾ ਨਹੀਂ ਲੱਗਾ। ਫਿਰ ਦੱਸਾਂ, ਮੈਂ ਤੇਰੀ ਜ਼ਿੰਦਗੀ 'ਚ ਇੱਕ ਸ਼ਬਦ ਲਿਖਤਾ, ਸਦਾ ਚਿਰ ਜੀਵੋ। ਪੁੱਤ ਮੈਂ ਅਸੀਸ ਦੇਣਾ ਵੀ ਅੱਜ ਤੋਂ ਬਾਅਦ ਤੂੰ ਸੰਧੀ ਵੀ ਤੈਨੂੰ ਕੀ ਮਿਲ ਗਿਆ। ਇੱਕ ਵਾਰ ਰੱਖ ਹਾਂ ਅੰਮ੍ਰਿਤ ਪੀਣ ਵਾਲਿਆਂ ਗੋਡਿਆਂ ਤੇ ਹੱਥ, ਗਾ ਕੀ ਲਿਖਿਆ ਅੰਮ੍ਰਿਤ ਛਕਣ ਤੋਂ ਬਾਅਦ ਕੀ ਮਿਲਦਾ। ਮੈਂ ਜੀਵਨ ਪਾਇਆ, ਮੈਂ ਜੀਵਨ ਪਾਇਆ, ਮੈਂ ਜੀਵਨ ਪਾਇਆ, ਜੀਵਨ ਪਾਇਆ, ਮੈਂ ਜੀਵਨ ਪਾਇਆ, ਮੈਂ ਜੀਵਨ ਪਾਇਆ, ਮੈਂ ਜੀਵਨ ਪਾਇਆ। ਇਹੋ ਹੀ ਭਾਈ ਮਨੀ ਸਿੰਘ ਸਾਹਿਬ ਨੂੰ ਕਹਿੰਦੇ ਸੀ, ਤੈਨੂੰ ਮੈਂ ਟੁੱਕ ਦੇਣ ਲੱਗਾ, ਤੈਨੂੰ ਮੈਂ ਮਾਰ ਦੇਣ ਲੱਗਾ। ਤੇ ਭਾਈ ਮਨੀ ਸਿੰਘ ਸਾਹਿਬ ਇਤਰਾ ਨੇਤਰ ਚੁੱਕੇ ਤੇ ਜਲਾਦ ਕਹਿੰਦਾ, ਕਿਹਦੇ ਵੱਲ ਵੇਹਣਾ ਹੈ ਕੀ? ਉਹ ਕਹਿੰਦਾ, ਉਹ ਜਿਹੜਾ ਸਾਹਮਣੇ ਬੈਠਾ ਨਾ ਖਲੋਤਾ ਹੈ, ਕੌਣ? ਗੁਰੂ ਗੋਬਿੰਦ ਸਿੰਘ ਸਾਹਿਬ। ਉਹਨੇ ਮੈਨੂੰ ਕਿਹਾ ਸੀ ਵੀ ਅੱਜ ਤੋਂ ਬਾਅਦ ਤੂੰ ਮਰਨਾ ਨਹੀਂ, ਤੂੰ ਆ ਟੋਕਾ ਜਾ ਚੁੱਕੀ ਫਿਰਦਾ ਤੇ ਕਹਿੰਦਾ ਮੈਂ ਮਾਰ ਦੇਣਾ ਹੈ, ਪਕੜ ਚ ਨਹੀਂ ਆਇਆ। ਤੂੰ ਆ ਟੋਕਾ ਜਾ ਚੁੱਕੀ ਫਿਰਦਾ ਤੇ ਤੂੰ ਕਹਿੰਦਾ ਮੈਂ ਤੈਨੂੰ ਟੁੱਕ ਦੇਣਾ, ਤੈਨੂੰ ਮਾਰ ਦੇਣਾ ਹੈ। ਉਹਦੀ ਮੈਨੂੰ ਅਸੀਸ ਆ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਖਲੋਤਾ ਤੇ ਮੇਰਾ ਪਰਚਾ ਹੁੰਦਾ ਵੇਖ ਰਿਹਾ, ਮੇਰਾ ਇਮਤਿਹਾਨ ਹੁੰਦਾ ਵੇਖ ਰਿਹਾ ਸਾਹਮਣੇ, ਗੁਰ ਮੇਰੇ ਸਾਹਮਣੇ ਖਲੋਤਾ। ਤੇ ਉਹ ਕਹਿੰਦਾ ਤੂੰ ਮਰਨਾ ਕਦੀ ਨਹੀਂ, ਤੂੰ ਕਹਿੰਦਾ ਮੈਂ ਤੈਨੂੰ ਮਾਰ ਦੇਣਾ ਹੈ, ਤੂੰ ਝੂਠਾ ਹੈ। ਉਹ ਆਦ ਸਤੇ ਨਹੀਂ ਬਣੀ ਉਹਦੀ, ਆਦ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਸਦਾ ਸਦਾ ਸਤੇ। ਉਹ ਮੇਰਾ ਸਤਿਗੁਰੂ ਆਦ ਵੀ ਸੱਚ ਆ, ਜੁਗਾਦ ਵੀ ਸੱਚ ਆ, ਪ੍ਰਤੱਖ ਵੀ ਸੱਚ ਆ, ਸੰਦੀਪ ਵੀ ਸੱਚ ਆ। ਉਹ ਜਿਹੜਾ ਕਹਿੰਦਾ ਮੈਂ ਤੈਨੂੰ ਜੀਵਨ ਦਿੱਤਾ, ਤੇਰਾ ਭੁਲੇਖਾ ਵਾ, ਮੈਂ ਤੈਨੂੰ ਮਾਰ ਦੇਣਾ ਹੈ, ਤੂੰ ਮੈਨੂੰ ਮਾਰ ਨਹੀਂ ਸਕਦਾ ਕਿਉਂਕਿ ਮੈਂ ਅੰਮ੍ਰਿਤ ਪੀ ਲਿਆ। ਰੋਜ਼ ਸੁਖਮਨੀ 'ਚ ਪੜ੍ਹਦੇ ਹੋ, ਇਹ ਉਹ ਹਰ ਰਸ ਪਾਵੇ ਜਾਂ ਨਕੋਏ ਅੰਮ੍ਰਿਤ ਪੀਵੇ। ਉਹ ਤੋਂ ਅੱਗੇ ਕੀ ਹੈ, ਉਸ ਪੁਰਖ ਕਾ ਨਾ ਹੀ ਕਦੇ, ਕਿਤਨਾ ਵਿਨਾਸ਼ ਹੋ ਜੂਗਾ ਜਦੋਂ ਤੁਸੀਂ ਮੂੰਹ 'ਚ ਅੰਮ੍ਰਿਤ ਪਾ ਲਿਆ ਗੁਰੂ ਸਾਹਿਬ ਦਾ। ਸਾਧ ਜਨਾ ਕੀ ਸਰਣੀ ਪਰੇ, ਅੱਗੇ ਜਾ ਕੇ ਪਿੱਛੇ ਜਾ ਕੇ ਪਿਛਲੀ ਤੁਕ ਵਿੱਚ ਸਰਕਾਰ ਨੇ ਬੜਾ ਸੋਹਣਾ ਫੈਸਲਾ ਕੀਤਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਸਾਰੀਆਂ ਗੱਲਾਂ ਕਰਕੇ ਪਿੱਛੇ ਆ ਕੇ ਆਖਿਆ, ਮੈਂ ਉਹਦੇ ਬਲਹਾਰ ਜਾਣਾ, ਨਾਨਕ ਤਾਕੇ ਪਲ ਪਲ ਜਾਸਾ, ਮੈਂ ਉਹਦੇ ਬਲਹਾਰ ਜਾਣਾ ਜਿਹਨੂੰ ਪਰਮੇਸ਼ਵਰ ਦੇ ਦਰਸ਼ਨ ਦੀ ਪਿਆਸ ਲੱਗ ਗਈ, ਜਿਹਨੇ ਬੜਾ ਪਿਆਰਾ ਇੱਕ ਗੀਤ ਗਾਇਆ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਪੱਬੇ ਨਾ ਕਿਹਾ ਜੇ ਕੋ ਪੱਪੇ ਨਾ ਜੰਗ ਸਿੰਘ
ਪੱਪੇ ਨਾ, ਪੱਪੇ ਨਾ, ਪੱਬੇ ਨਾ, ਭਇਆ ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰ ਜਿਨ੍ਹਾਂ ਦੀ ਇਹ ਅਵਸਥਾ ਬਣੀ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਮੈਂ ਬਲਹਾਰ ਜਾਣਾ ਉਹਦੇ ਤੋਂ, ਜਿਹਨੂੰ ਰੱਬ ਦੇ ਦੀਦਾਰ ਦੀ ਤਾਂਘ ਲੱਗ ਗਈ। ਉਹਨੇ ਬੁੱਢੇ ਹੋਏ ਨੇ ਆਖਿਆ ਸੀ, ਇਹ ਦੋ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਇਹ ਨੀ ਕਿ ਪੋਤਰਾ ਵੇਖਣ ਦੀ ਆਸ ਆ, ਉਹਨੂੰ ਵੇਖਣ ਦੀ ਇਹ ਵੀ ਨਹੋਰਾ ਮਾਰਿਆ। ਤਨ ਸੁੱਕਾ ਪਿੰਜਰ ਥੀਆ, ਤਲੀਆ ਖੁੱਡੇ ਕਾਗ, ਤੇ ਹੌਕਾ ਜ਼ਿੰਦਗੀ ਜਿੱਡਾ ਲੈ ਕੇ ਆਖਿਆ, ਤਨ ਸੁੱਕ ਗਿਆ ਏ, ਪੈਰ ਸੁੱਕ ਗਏ ਨੇ, ਤਲੀਆਂ ਸੁੱਕ ਗਈਆਂ ਨੇ, ਮਗਰ ਅਜੇ ਤੱਕ ਜਿਹਨੂੰ ਮਿਲਣ ਨੂੰ ਆਇਆ ਸਾਂ ਅਜੇ ਸੋ ਰੱਬ ਨਾ ਬੋੜਿਓ। ਦੇਖ ਬੰਦੇ ਕੇ ਤੁਸੀਂ ਵੀ ਇਸ ਤਰ੍ਹਾਂ ਦੀ ਸੁਰਤੀ ਕਮਾਓ, ਬਿਰਤੀ ਬਣਾਓ, ਰੱਬ ਦੇ ਦੀਦਾਰ ਹੋਣ, ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ। ਸਮਾਂ ਦੌੜ ਗਿਆ ਏ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਇੱਕ ਦੀਵਾਨ ਕੱਲ੍ਹ ਦਾ ਰਾਤ ਦਾ ਰਹਿ ਗਿਆ, ਅਗਲੀ ਪੌੜੀ ਵਿੱਚ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਸਤਿਗੁਰੂ ਕਿਰਪਾ ਕਰੋ, ਕੱਲ ਨੂੰ ਫੇਰ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਵਾਹਿਗੁਰੂ ਜੀ ਕਾ ਖਾਲਸਾ।